ਧੰਨ ਵਾਹੇ ਗੁਰੂ ਸਾਹਿਬ ਜੀਓ, ਹਰ ਚੌਥੜੀ ਲਾਵ, ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਪਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਚੌਥੜੀ ਲਾਵ, ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਪਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵ ਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਾਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਚੌਥੇ ਗੁਰਦੇਵ, ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਚੌਥੀ ਲਾਮ ਦਾ ਪਾਠ ਆਨੰਦ ਕਾਰਜ ਦੀ ਸੰਪੰਨਤਾ ਦੀ ਲਾਮ ਆਪ ਜੀ ਨੇ ਸਰਵਣ ਕੀਤਾ ਹੈ। ਆਓ, ਕੱਲ੍ਹ ਜੋ ਵਿਚਾਰ ਆਪਾਂ ਕਰ ਰਹੇ ਸਾਂ, ਉਸ ਵਿਚਾਰ ਨੂੰ ਆਪ ਜੀ ਦੇ ਸਨਮੁਖ ਅੱਗੇ ਬੇਨਤੀ ਕਰ ਸਕਾਂ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਬਖਸ਼ੋ ਆਸੀਸ, ਪਿਆਰ ਅਦਬ ਨਾਲ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕੱਲ੍ਹ ਤੀਸਰੀ ਲਾਂਭ ਵਿੱਚ
ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਇੱਕ ਤਾਂ ਮਨ ਵਿੱਚ ਬੈਰਾਗ ਔਰ ਚਾਹ ਹੈ, ਦੂਸਰਾ ਉਹ ਸੰਤ ਜਨ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਵਸਲ ਨੂੰ, ਮਿਲਾਪ ਨੂੰ ਹਾਸਲ ਕਰ ਲਿਆ ਹੈ, ਉਹ ਵੱਡਿਆਂ ਭਾਗਾਂ ਵਾਲੇ ਨੇ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੂੰ ਗਾਇਆ। ਉਹ ਸੰਤ ਜਨ ਆਪਣੇ ਮੁਖ ਤੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਣੀ, ਉਸ ਦੇ ਸ਼ਬਦ ਨੂੰ ਬੋਲਦੇ ਨੇ। ਹਜ਼ੂਰ ਕਹਿੰਦੇ ਨੇ ਇਹੋ ਜਿਹੇ ਰੰਗ ਰਤੜੀਆਂ ਰੂਹਾਂ ਪਰਮੇਸ਼ਵਰ ਵਿੱਚ ਅਭੇਦ ਮਿਲੀ ਹੋਈ ਆਤਮਾਵਾਂ, ਉਹਨਾਂ ਨੂੰ ਮਿਲ ਕੇ ਤੀਸਰੀ ਲਾਮ ਵਿੱਚ ਜਗਿਆਸੂ ਆਤਮਕ ਉੱਨਤੀ ਆਤਮਕ ਤਰੱਕੀ ਦੇ ਲਈ ਉਸ ਅਕਥ ਪਰਿਪੂਰਨ ਪਰਮਾਤਮਾ ਦੀ ਕਹਾਣੀ ਕਰਦਾ ਹੈ। ਫਿਰ ਨਾਲ ਬਚਨ ਕੀਤਾ ਕਿ ਉਸ ਵਕਤ ਖਿਰਦੇ ਦੇ ਵਿੱਚ ਨਾਮ ਦੀ ਧੁਨੀ, ਨਾਮ ਦੀ ਆਪਣੇ ਆਪ ਹੀ ਰੋਂ ਚੱਲਣ ਲੱਗ ਪੈਂਦੀ ਹੈ ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਇਹ ਉਹ ਖੁਸ਼ਕਿਸਮਤ ਨੇ ਜਿਨ੍ਹਾਂ ਦੇ ਮਸਤਕ ਭਾਗ ਪਰਮਾਤਮਾ ਨੇ ਲਿਖੇ ਅਤੇ ਉਸ ਪ੍ਰਭੂ ਨੂੰ ਉਹ ਜਪ ਰਹੇ ਨੇ। ਕੱਲ੍ਹ ਸਿਰਫ ਆਪਾਂ ਸੰਤ ਜਨ, ਉਸ ਤੋਂ ਬਾਅਦ ਮੁੱਖ ਬੋਲੀ ਖਰਬਾਣੀ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ। ਇਸ ਤੋਂ ਅੱਗੇ ਉਸ ਲਾਮ ਵਿੱਚੋਂ ਆਪਾਂ ਚੌਥੀ ਲਾਮ ਨੂੰ ਅੱਜ ਆਰੰਭ ਕਰਾਂਗੇ। ਸਿਰਫ ਇੱਕ ਬੇਨਤੀ ਸੀ ਕਿ ਗੁਰੂ ਸਾਹਿਬ ਲਾਵਾਂ ਵਿੱਚ ਵਾਰ ਵਾਰ ਸਾਨੂੰ ਬਾਣੀ ਸ਼ਬਦ ਨਾਮ ਦੇ ਪੱਲੇ ਨਾਲ ਕੁੱਟ ਕੁੱਟ ਕੇ ਜੋੜਦੇ ਪਏ ਆ। ਜਿੱਥੇ ਨਾਮ ਅਤੇ ਬਾਣੀ ਦਾ ਜ਼ਿਕਰ ਕੀਤਾ ਉੱਥੇ ਸਤਿਗੁਰੂ ਨੇ ਉਹਨਾਂ ਆਤਮਕ ਅਵਸਥਾਵਾਂ ਨੂੰ ਵੀ ਸਾਨੂੰ ਹਰ ਲਾਂ ਦੇ ਵਿੱਚ ਦ੍ਰਿੜ ਕਰਾਈ ਗਏ, ਕਿਉਂਕਿ ਸਾਡੇ ਵਾਸਤੇ ਸ਼ਬਦ ਅਭਿਆਸ, ਗੁਰਬਾਣੀ ਦਾ ਅਭਿਆਸ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਗੁਰੂ ਸਾਹਿਬ ਨੇ ਕੱਲ੍ਹ ਅਸੀਂ ਦੇਖਿਆ ਸੀ ਬਾਣੀ ਦੇ ਪ੍ਰਤੀ ਸ਼ਬਦ ਕਹੇ, ਇਹੀ ਬਾਣੀ ਜਦੋਂ ਆਪਾਂ ਰਸਨਾ ਨਾਲ ਪੜ੍ਹਦੇ ਹਾਂ ਇਸ ਵਿੱਚ ਹੀ ਪਰਮਾਤਮਾ ਦੀ ਆਪਣਾ ਆਪਾ ਰਚਿਆ ਹੈ। ਇਹ ਬਾਣੀ ਮਨੁੱਖੀ ਸਰੀਰ ਦੇ ਅੰਦਰ ਬਿਲਕੁਲ ਰਚ ਮਿਚ ਜਾਂਦੀ ਹੈ। ਥੋੜ੍ਹਾ ਜਿਹਾ ਆਓ ਅਸੀਂ ਮੁੱਖ ਬੋਲੀ ਖਰਬਾਣੀ ਸੰਬੰਧੀ ਅਰਜ਼ ਕਰ ਲਵਾਂ। ਇੱਕ ਤਾਂ ਗੁਰਬਾਣੀ ਦਾ ਅਭਿਆਸ ਇੰਨੇ ਕੁ ਨਿਸ਼ਚੇ ਨਾਲ ਇਨਸਾਨ ਕਰੇ ਕਿ ਜੋ ਕੁਛ ਮੈਂ ਪੜ੍ਹ ਰਿਹਾ ਵਾ ਉਹ ਹਕੀਕਤ ਵਿੱਚ ਹੈ। ਜੇ ਆਪਾਂ ਬਾਣੀ ਨੂੰ ਪੜ੍ਹਦਿਆਂ ਭਰਮ 'ਚ ਪੈ ਗਏ ਹੈ ਕਿ ਨਹੀਂ ਹੈ, ਯਾਦ ਰੱਖੋ ਗੁਰਬਾਣੀ ਤੋਂ ਉੱਪਰ ਸਿੱਖ ਵਾਸਤੇ ਕੋਈ ਦਲੀਲ, ਕੋਈ ਗਿਆਨ ਕੁਛ ਵੀ ਨਹੀਂ। ਪਰ ਗੁਰਬਾਣੀ ਆਪਣੀ ਸਾਧਨਾ ਨਾਲ ਅੰਦਰ ਨਹੀਂ ਰਚੇਗੀ, ਉੱਦਮ ਆਪਾਂ ਕਰਾਂਗੇ, ਪਰ ਸੱਚ ਇਹ ਵੇ ਕਿ ਗੁਰਬਾਣੀ ਵੀ ਤਾਂ ਹੀ ਅੰਦਰ ਰਚੇਗੀ ਜੇ ਉਸ ਮਾਲਕ ਦੀ ਆਪਣੀ ਬਖਸ਼ਿਸ਼ ਉਹਦੀ ਨਦਰ ਹੋਵੇਗੀ। ਇਹਨਾਂ ਲਾਵਾਂ ਵਿੱਚ ਜਿੰਨੀਆਂ ਵੀ ਆਪਾਂ ਬਾਣੀ 'ਚ ਅਵਸਥਾ ਦਾ ਜ਼ਿਕਰ ਕਰ ਰਹੇ ਹਾਂ ਉਸ ਹਰ ਚੀਜ਼ ਨੂੰ ਗੁਰਪ੍ਰਸਾਦ ਤੋਂ ਵੱਖ ਕਰਕੇ ਕਦੀ ਨਹੀਂ ਦੇਖਣਾ। ਜੇ ਅਸੀਂ ਸਿਰਫ ਬਾਰਮੁਖੀ ਕਰਾਂਗੇ, ਇਸ ਤਰ੍ਹਾਂ ਕਰਾਂਗੇ, ਇੱਥੇ ਪਹੁੰਚ ਜਾਂਗੇ, ਇੱਥੇ ਪਹੁੰਚ ਜਾਂਗੇ, ਨਹੀਂ ਪਿਆਰਿਓ, ਆਪਣਾ ਕੋਈ ਵੀ ਕਰਮ ਸਾਰਥਕ ਨਹੀਂ ਜਿੰਨੀ ਦੇਰ ਤੱਕ ਉਹਦੀ ਕਿਰਪਾ ਨਾ ਵਰਤੇ। ਤਾਂ ਇੱਥੇ ਦੋ ਕੁ ਉਦਾਹਰਨਾਂ ਆਰੰਭ ਵਿੱਚ ਦੇ ਦੇਣਾ। ਇਹ ਗੱਲ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਅੰਤਲੇ ਵੇਲੇ ਰਮਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਚੋਲਾ ਤਿਆਗਣ ਤੋਂ ਪਹਿਲਾਂ ਸ਼ਬਦ ਕਹੇ ਸਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਨਹੀਂ ਗਏ,
ਹਜ਼ੂਰ ਨਾਲ ਭਾਈ ਗੁਰਦਾਸ ਸਾਹਿਬ ਰਮਦਾਸ ਗਏ, ਭਾਈ ਬਿਧੀ ਚੰਦ ਜੀ ਗਏ, ਹੋਰ ਗੁਰੂ ਕੇ ਸਿੱਖ ਜਿਹੜੇ ਭਾਵਨਾ 'ਚ ਭਿੱਜੇ ਹੋਏ ਨੇ, ਉਹਨਾਂ ਨੇ ਬਾਬਾ ਸਾਹਿਬ ਜੀ ਨੂੰ ਕੁਝ ਪ੍ਰਸ਼ਨ ਕੀਤੇ, ਪਰ ਉਹ ਪ੍ਰਸ਼ਨ ਉਲਝਾਉਣ ਵਾਲੇ ਨਹੀਂ। ਯਾਦ ਰੱਖਿਓ, ਕੁਝ ਪ੍ਰਸ਼ਨ ਐਸੇ ਹੁੰਦੇ ਨੇ ਜਿਹੜੇ ਸੈਂਸੇ ਦੀ ਗੰਢ ਖੋਲ੍ਹਣ ਵਾਲੇ ਹੁੰਦੇ ਆ। ਕੁਝ ਲੋਕ ਪ੍ਰਸ਼ਨ ਐਸੇ ਖੜ੍ਹੇ ਕਰ ਦਿੰਦੇ ਆ ਜਿਨ੍ਹਾਂ ਵਿੱਚੋਂ ਸਿਰਫ ਸਵਾਦ ਲੈ ਕੇ ਅਗਲੇ ਨੂੰ ਬੇਇੱਜ਼ਤ ਕਰਨਾ ਚਾਹੁੰਦੇ ਆ, ਅਤੇ ਇਹ ਸਾਡੀ ਹਾਲਤ ਹੋ ਚੁੱਕੀ ਅੱਜ। ਅਸੀਂ ਹਾਲਾਂ ਓਨੀ ਸਮਝ ਨਹੀਂ ਵਾਹਿਗੁਰੂ ਜੀ ਕਿ ਆਪਣੇ ਪੱਲੇ ਹੈ ਕੀ ਪਰਮਾਰਥ ਦਾ। ਅਸੀਂ ਅੱਖਰਾਂ ਦੀ ਸ਼ਬਦਾਵਲੀ ਇਕੱਠੀ ਕਰਕੇ ਇੱਕ ਦੂਜੇ ਨੂੰ ਥੱਲੇ ਲਾਉਣ ਦਾ ਯਤਨ ਕਰਨੇ ਨਹੀਂ। ਗੁਰਮੁਖਾਂ ਦੇ ਪ੍ਰਸ਼ਨ ਜਿਹੜੇ ਨੇ ਪਿਆਰਿਓ, ਉਹ ਆਤਮਕ ਉੱਨਤੀ ਵਾਸਤੇ, ਆਤਮਕ ਤਰੱਕੀ ਲਈ ਹੁੰਦੇ। ਉਹਨਾਂ ਨੇ ਕੁਛ ਪ੍ਰਸ਼ਨ ਕੀਤੇ। ਇੱਕ ਤਾਂ ਉਹਨਾਂ ਪੁੱਛਿਆ ਕਿ ਮਹਾਰਾਜ, ਤੁਸੀਂ ਇੱਕ ਸਦੀ ਤੋਂ ਵੱਧ ਸਮਾਂ, ਕੱਲ੍ਹ ਵੀ ਅਰਜ਼ ਕੀਤੀ, 113 ਸਾਲ ਅਤੇ ਤਕਰੀਬਨ 2.5 ਕੁ ਦਿਨ ਬਣਦੇ ਆ ਬਾਬਾ ਜੀ ਦੇ ਜਿਹੜੇ ਉਹਨਾਂ ਨੇ ਗੁਰੂ ਹਜ਼ੂਰੀ ਵਿੱਚ ਬਤੀਤ ਕੀਤੇ। 12 ਸਾਲ ਦੀ ਉਮਰ ਪਹਿਲਾਂ ਉਹਨਾਂ ਦੀ ਮਿਲਾਪ ਤੋਂ ਪਹਿਲਾਂ ਨਿਕਲੀ। ਉਹਨਾਂ ਇੱਕ ਬੇਨਤੀ ਕੀਤੀ, ਮਹਾਰਾਜ ਬਾਬਾ ਜੀ ਕਿਰਪਾ ਕਰੋ, ਆਦਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਅਤੇ ਕੱਲ੍ਹ ਇਹ ਵੀ ਅਰਜ਼ ਕੀਤੀ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਜਿੰਨੀ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਓਨੀ ਬਾਬਾ ਲਹਿਣਾ ਜੀ ਨੇ ਨਹੀਂ ਸੰਗਤ ਕੀਤੀ। ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ, ਆਪਣੀ ਜ਼ਿੰਦਗੀ ਦਾ ਤੱਤ ਸਾਨੂੰ ਕੋਈ ਉਪਦੇਸ਼ ਦਿਓ। ਅਤੇ ਉਹਨਾਂ ਨੇ ਪਹਿਲਾ ਸ਼ਬਦ ਤਾਂ ਇਹ ਕਿਹਾ ਸੀ ਕਿ ਮੈਂ ਆਪ ਜੀ ਨੂੰ ਕੀ ਉਪਦੇਸ਼ ਦੇ ਸਕਣਾ, ਜਦੋਂ ਸਮਰੱਥ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕੋਲ ਬੈਠੇ ਨੇ। ਮੇਰੀ ਹਸਤੀ ਕੀ ਹੈ ਕਿ ਚਮਕਦੇ ਹੋਏ ਸੂਰਜ ਦੇ ਸਾਹਮਣੇ ਇੱਕ ਅੱਗ ਦੀ ਚੰਗਿਆੜੀ ਕੋਈ ਹਸਤੀ ਰੱਖੇ। ਪਰ ਇੱਥੋਂ ਇਹ ਗੱਲ ਚੇਤੇ ਰੱਖਿਓ, ਸਿੱਖ ਦੀ ਕਿੰਨੀ ਕੁ ਅੰਦਰੋਂ ਮੈਂ ਮਰ ਚੁੱਕੀ ਸੀ। ਸਿਰਫ ਲੀਨਤਾ ਅਭੇਦਤਾ ਹੈ। ਦੂਸਰੀ ਗੱਲ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਬਾਬਾ ਜੀ ਆਪ ਕਿਰਪਾ ਕਰੋ, ਜ਼ਰੂਰ ਦੱਸੋ ਜ਼ਿੰਦਗੀ ਦਾ ਤਜ਼ਰਬਾ। ਮੇਰਾ ਖਿਆਲ ਉਹਨਾਂ ਦੋ ਸ਼ਬਦਾਂ 'ਚ ਸਾਰੀ ਜ਼ਿੰਦਗੀ ਦੀ ਕਹਾਣੀ ਮੁਕਾ ਦਿੱਤੀ। ਉਹਨਾਂ ਦੇ ਲਫ਼ਜ਼ ਸਨ, ਜਪ ਕਰੋ ਇੱਕ ਓਅੰਕਾਰ ਦਾ, ਇਹਦਾ ਮਤਲਬ ਇੱਕ ਦੀ ਪੂਜਾ ਕਰੋ, ਇੱਕ ਨੂੰ ਜਪੋ। ਤਪ ਕਰੋ ਗੁਰੂ ਕੀ ਸੇਵਾ ਦਾ। ਤੀਸਰਾ ਸ਼ਬਦ ਵਰਤਿਆ, ਸੰਜਮ ਰੱਖੋ ਆਪਣੀਆਂ ਇੰਦਰੀਆਂ ਦਾ। ਸੁਣੋ ਇਸ ਗੱਲ ਨੂੰ, ਹੱਠ ਕਰਕੇ ਨਹੀਂ। ਜਪ ਕਰੋ ਇੱਕ ਦਾ, ਉਸ ਵਿੱਚ ਬਾਣੀ ਵੀ ਆਏਗੀ। ਤਪ ਕਰੋ ਸੇਵਾ ਦਾ, ਸੰਜਮ ਰੱਖੋ ਇੰਦਰੀਆਂ ਦਾ, ਹੁਕਮ ਅਤੇ ਭਾਣੇ ਵਿੱਚ ਚੱਲਣ ਵਾਸਤੇ ਬੇਨਤੀਆਂ ਕਰੋ। ਸਭ ਕੁਝ ਆਪਣੀ ਜ਼ਿੰਦਗੀ 'ਚ ਕਰਕੇ 2 ਸਾਲ ਕਰੋ, 4 ਸਾਲ ਕਰੋ, ਜਿੰਨਾ ਸਮਾਂ ਵੀ ਕਰੋ, ਉਸ ਕੀਤੇ ਹੋਏ 'ਤੇ ਕਦੀ ਦਾਅਵਾ ਪੇਸ਼ ਨਹੀਂ ਕਰਨਾ। ਸਭ ਕੁਝ ਕਰਕੇ ਵੀ ਅੰਦਰੋਂ ਉਹਦੀ ਨਦਰ 'ਤੇ ਭਰੋਸਾ ਰੱਖ ਕੇ ਜੀਣਾ। ਜੇ ਉਹਦੀ ਕਿਰਪਾ ਨਾ ਹੋਵੇ, ਜਪ ਤਪ ਸੰਜਮ ਵੀ ਕਦੀ ਫਲੀਭੂਤ ਨਹੀਂ ਹੁੰਦੇ। ਆਹ ਸ਼ਬਦ ਜੀ ਦੋ ਲੈਣਾ ਨੇ, ਉਹ ਸਭ ਕੁਝ ਸਿੱਖੀ ਦਾ ਨਿਚੋੜ ਦੱਸ ਗਏ। ਆਪਣਾ ਜਪ, ਆਪਣਾ ਤਪ, ਆਪਣਾ ਸੰਜਮ, ਆਪਣੀ ਸੇਵਾ, ਕੁਛ ਵੀ ਨਹੀਂ, ਸਭ ਤੋਂ ਵੱਡਾ ਗੁਰਪ੍ਰਸਾਦ। ਮੈਂ ਇੱਥੇ ਤਾਂ ਅੱਜ ਥੋੜ੍ਹਾ ਜਿਹਾ ਰੁਕ ਕੇ ਬੇਨਤੀ ਕਰਨ ਲੱਗਾ। ਅਸੀਂ ਕਹੀ ਜਾ ਰਹੇ ਹਾਂ ਇਸ ਤਰ੍ਹਾਂ ਹੋਵੇਗਾ, ਅਗਾਂਹ ਇਸ ਤਰ੍ਹਾਂ ਅਵਸਥਾ ਆਏਗੀ। ਗੁਰਮੁਖੋ, ਇਹ ਦਿਮਾਗੀ ਤੌਰ 'ਤੇ ਜਾਂ ਸੰਸਾਰਕ ਪੜ੍ਹਾਈ ਦੀ ਤੌਰ 'ਤੇ ਅਵਸਥਾ ਹੁੰਦੀਆਂ, ਅਤੇ ਹਰ ਬੰਦਾ ਹੀ ਟੱਕਰਾ ਮਾਰ ਕੇ ਲੈ ਲੈਂਦਾ। ਨਹੀਂ ਨਹੀਂ, ਇਹ ਸਭ ਕੁਝ ਹੈ, ਪਰ ਉਹਦੀ ਪ੍ਰਸਾਦ, ਉਹਦੀ ਕਿਰਪਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਕਿ ਉਂਝ ਤਾਂ ਵੈਸੇ 524 ਵਾਰ ਤਾਂ ਇਕੱਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹੈ ਗੁਰੂ ਗ੍ਰੰਥ ਸਾਹਿਬ 'ਚ, 524 ਵਾਰ। ਅਤੇ ਮੈਂ ਇੱਕ ਵਾਰ ਕਿਹਾ ਸੀ, ਇਹ ਮੰਗਲ ਭਗਤਾਂ ਨੇ ਨਹੀਂ ਉਚਾਰਨ ਕੀਤਾ। ਬਾਬਾ ਫਰੀਦ ਦੀ ਸਾਰੀ ਬਾਣੀ 'ਚ ਓਅੰਕਾਰ ਲਫ਼ਜ਼ ਨਹੀਂ ਉਹ ਵਰਤਦੇ ਪਏ, ਪਰ ਜਦੋਂ ਉਹਨਾਂ ਦੀ ਰਚਨਾ ਪੜ੍ਹਦੇ ਹਾਂ ਉਹਦੇ ਉੱਤੇ ਵੀ ਮਹਾਰਾਜ ਜੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਮੰਗਲ ਰੱਖਿਆ। ਕਈ ਸ਼ਬਦ ਭਗਤਾਂ ਦੇ ਐਸੇ ਨੇ, ਇੱਕ ਇੱਕ ਦੋ ਦੋ ਸ਼ਬਦ ਨੇ, ਉਹਦੇ ਉੱਤੇ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੱਖਿਆ। ਇਹਦਾ ਮਤਲਬ ਸਿਰਫ ਇੰਨਾ ਸੀ, ਗੁਰੂ ਕੇ ਸਿੱਖਾ ਬਾਣੀ ਕਿਸੇ ਵੀ ਮਹਾਂਪੁਰਖ ਦੀ ਪੜ੍ਹ, ਪਰ ਵਾਰ ਵਾਰ ਤੈਨੂੰ ਚੇਤੇ ਕਰਾਉਂਦੇ ਪਏ ਹਾਂ, ਤੇਰੀ ਮੰਜ਼ਿਲ ਇੱਕ ਓਅੰਕਾਰ ਹੈ, ਅਤੇ ਇੱਕ ਓਅੰਕਾਰ ਦਾ ਵਸਲ, ਉਹਦਾ ਮਿਲਾਪ, ਉਹਦੀ ਪ੍ਰਾਪਤੀ
ਸਤਿਗੁਰੂ ਪ੍ਰਸਾਦ ਤੋਂ ਬਿਨਾ ਨਹੀਂ ਹੋ ਸਕਦੀ। ਕਿਰਪਾ ਮੰਗ। ਇੱਥੇ ਇੱਕ ਬੇਨਤੀ ਮੈਂ ਕਰ ਜਾਂਦਾ ਹੋਰ। ਭਗਤ ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਉਸ ਵਿੱਚ ਉਹਨਾਂ ਨੇ ਪ੍ਰਸਾਦ ਅਤੇ ਆਪਣਾ ਉੱਦਮ ਦੋਵਾਂ ਬਾਰੇ ਦੱਸਿਆ ਹੈ। ਉਹਨਾਂ ਇੱਕ ਉਦਾਹਰਣ ਦਿੱਤੀ, ਮੰਨ ਲਓ ਇੱਕ ਰੁੱਖ ਦੀ ਟੀਸੀ ਅਤੇ ਸ਼ਿਖਰ 'ਤੇ ਇੱਕ ਪੱਕਿਆ ਹੋਇਆ ਫਲ ਲੱਗਾ ਹੈ। ਹੁਣ ਉਸ ਫਲ ਤੱਕ ਬੰਦਾ ਪਹੁੰਚਣਾ ਚਾਹੁੰਦਾ, ਰਸ ਦਾ ਇੱਕ ਫਲ ਹੈ ਅਤੇ ਉਸ ਦੀਆਂ ਬਾਹਾਂ ਵਿੱਚ ਹੱਥਾਂ 'ਚ ਪਕੜ ਤਾਕਤ ਹੈ, ਉਸ ਦੇ ਤਣੇ 'ਤੇ ਪੈਰ ਰੱਖ ਕੇ, ਟਾਹਣਾ 'ਤੇ ਪੈਰ ਰੱਖ ਕੇ, ਟਾਹਣੀਆਂ ਨੂੰ ਪਕੜ ਕੇ ਉਸ ਪੱਕੇ ਫਲ ਤੱਕ ਪਹੁੰਚ ਜਾਂਦਾ। ਉਹਨੂੰ ਤੋੜ ਕੇ ਜਦੋਂ ਜ਼ਮੀਨ 'ਤੇ ਆਉਂਦਾ ਹੈ, ਖਾਣ ਲੱਗਿਆਂ ਇੱਕ ਦਾਅਵੇ ਨਾਲ ਕਹਿੰਦਾ ਹੈ, ਜੇ ਹੱਥਾਂ 'ਚ ਤਾਕਤ ਹੈ ਇਸੇ ਤੋੜ ਕੇ ਲੈ ਆਏ, ਫਲ ਤਾਂ ਕਿੰਨੀ ਦੇਰ ਦਾ ਲੱਗਾ, ਲੋਕ ਕਿਉਂ ਨਹੀਂ ਤੋੜ ਕੇ ਲਿਆ ਸਕਦੇ। ਕਬੀਰ ਸਾਹਿਬ ਨੇ ਉੱਥੇ ਇੱਕ ਆਪਣੇ ਵੱਲੋਂ ਇਹ ਖਿਆਲ ਦਿੱਤਾ ਹੈ, ਉਹ ਕਹਿੰਦੇ ਤੇਰੀਆਂ ਬਾਹਾਂ 'ਚ, ਤੇਰੀਆਂ ਉਂਗਲਾਂ 'ਚ ਹੱਥਾਂ 'ਚ ਪਕੜ ਹੈ, ਤੇਰੀਆਂ ਲੱਤਾਂ 'ਚ ਰੁੱਖ 'ਤੇ ਚੜ੍ਹਨ ਦੀ ਸ਼ਕਤੀ ਹੈ, ਪਰ ਤੇਰੀ ਹੱਥਾਂ ਦੀ ਪਕੜ ਕੁਛ ਵੀ ਨਾ ਕਰਦੀ ਜੇ ਰੁੱਖ ਦੀ ਟਾਹਣੀ ਤੇਰਾ ਸਾਥ ਨਾ ਦਿੰਦੀ। ਤਾਂ ਪਕੜ ਹੈ ਇਕੱਲੀ। ਫਿਰ ਬੇਨਤੀ ਸੁਣਿਓ, ਉਹਨਾਂ ਨੇ ਉਸ ਵਕਤ ਜੋ ਵਾਪਰਦਾ ਕਿ ਤੇਰੇ ਕੋਲ ਪਕੜ ਹੈ ਪਰ ਤੇਰੀ ਉਂਗਲਾਂ ਦੀ ਪਕੜ ਕੀ ਕਰਦੀ ਜੇ ਟਾਹਣੀ ਤਣੇ ਦੇ ਨਾਲ ਘੁੱਟ ਕੇ ਜੁੜੀ ਨਾ ਰਹਿੰਦੀ। ਤਾਂ ਤੇਰੇ ਪੈਰਾਂ ਦੀਆਂ ਤਲੀਆਂ ਸ਼ਕਤ, ਪਰ ਜੇ ਤਣਾ ਹੀ ਸਾਥ ਨਾ ਦਿੰਦਾ, ਜੇ ਉਹ ਟਾਹਣੀ ਹੀ ਜਦੋਂ ਤੂੰ ਪੈਰ ਰੱਖਿਆ ਉਦੋਂ ਟਾਹਣੀ ਹੀ ਟੁੱਟ ਜਾਂਦੀ ਤੇ ਤੇਰੇ ਪੈਰਾਂ ਦੀ ਤਾਕਤ ਕੁਛ ਨਹੀਂ। ਗੁਰਮੁਖੋ, ਸੱਚ ਇਹ ਵੇ ਜਿਵੇਂ ਰੁੱਖ 'ਤੇ ਚੜ੍ਹਨ ਵਾਲੇ ਦੇ ਹੱਥ ਪੈਰ ਸਰੀਰ ਤਾਂ ਹੀ ਸਾਰਥਕ ਹੈ ਜੇ ਟਾਹਣੀਆਂ ਅਤੇ ਤਣਾ ਸਾਥ ਦੇਣ। ਜੇ ਰੁੱਖ ਸਾਥ ਨਾ ਦੇ ਤੇ ਸਰੀਰ ਦੀ ਤਾਕਤ ਵੀ ਕੁਛ ਨਹੀਂ। ਆਪਣੇ ਜਪ, ਆਪਣੇ ਤਪ, ਆਪਣੀਆਂ ਮਾਲਾ, ਆਪਣੀਆਂ ਟੋਕਰੀਆਂ, ਜੋ ਕੁਝ ਵੀ ਧਰਮ ਦੇ ਨਾਂ 'ਤੇ ਅਸੀਂ ਕਰਮ ਕਰਨੇ ਆ, ਇਹ ਤਾਂ ਹੀ ਸਾਥ ਦੇਣਗੇ ਜੇ ਪਰਮਾਤਮਾ ਦੀ ਕਿਰਪਾ ਨਾਲ ਵਰਤੇਗੀ। ਤਾਂ ਇਕੱਲੀ ਸਾਡੀ ਕਮਾਈ ਨਹੀਂ। ਇਹ ਬੜਾ ਸੋਹਣਾ ਉਹਨਾਂ ਦਾ ਬਚਨ ਹੈ। ਉਹ ਬਚਨ ਕਰਦੇ ਆ, ਕਹਿਣ ਲੱਗੇ, ਕਬੀਰ ਕਾਰਨ ਵਪਰਾ ਕਿਆ ਕਰੇ। ਕਾਰਨ ਦਾ ਅਰਥ ਕਿਸੇ ਕੰਮ ਨੂੰ ਕਰਨ ਵਾਸਤੇ ਕੋਈ ਵਸੀਲਾ ਲੱਭ ਲੈਣਾ। ਸਲਕੱਲਾ ਬੰਦੇ ਦਾ ਕੰਮ ਕਾਰਨ ਕੀ ਕਰੇਗਾ। ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜੇ ਜੇ ਡਾਲੀ ਪੱਗ ਧਰੂੰ ਸੋਈ ਮੁਰ ਮੁਰ ਜਾਏ। ਜੇ ਮੇਰੇ ਕੰਮ ਕਰਦੀ ਮੇਰੇ ਸਵਾਸ ਹੀ ਰੁਕ ਜਾਣ, ਮੇਰੇ ਹੱਥ ਪੈਰ ਜਵਾਬ ਦੇ ਜਾਣ। ਮਹਾਰਾਜ ਕਹਿੰਦੇ ਨੇ ਨਹੀਂ, ਜੇ ਰੁੱਖ ਸਾਥ ਦਿੰਦਾ ਤਾਂ ਬੰਦਾ ਸ਼ਿਖਰ 'ਤੇ ਪਹੁੰਚਦਾ ਹੈ, ਅਤੇ ਆਤਮਕ ਸ਼ਿਖਰਤਾ 'ਤੇ ਵੀ ਉਹੀ ਪਹੁੰਚਦਾ ਜੇ ਗੁਰ ਪ੍ਰਸਾਦ ਵਰਦੀ ਹੈ। ਕਿਰਪਾ ਤੋਂ ਬਿਨਾਂ ਨਹੀਂ। ਇਹੀ ਕਾਰਨ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਜਦੋਂ ਸਾਡੇ 'ਚ ਕੋਈ ਵੀ ਚੀਜ਼ ਪ੍ਰਾਪਤ ਕਰਦਾ ਸਿੱਖ, ਉਹਨੂੰ ਕਦੀ ਆਪਣੀ ਲਿਆਕਤ, ਆਪਣੇ ਹੁਨਰ ਅਤੇ ਆਪਣੇ ਕਰਮਾਂ ਨਾਲ ਨਹੀਂ ਜੋੜ ਕੇ ਦੇਖਦਾ। ਉਹ ਹਰ ਚੀਜ਼ ਨੂੰ ਕਿਰਪਾ ਨਾਲ ਜੋੜ ਕੇ ਦੇਖਦਾ। ਈਵਨ ਕਿ ਗੁਰਸਿੱਖੋ, ਅਸੀਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਉਦੋਂ ਵੀ ਸਾਡੀ ਖੌਮੇ ਮਰਦੀ ਏ, ਸਾਡੀ ਫਤਿਹ ਦੇ ਵਿੱਚ ਵੀ ਕੇਵਲ ਗੁਰੂ ਦੀ ਕਿਰਪਾ ਵਰਦੀ ਹੈ, ਸਾਡੀ ਫਤਿਹ ਵਿੱਚ ਵੀ ਆਪਾਂ ਨੇ। ਅਸੀਂ ਸ਼ਬਦ ਸਿੱਧੇ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ। ਇਹਦੇ ਵਿੱਚ ਕੀ ਹੈ? ਸਮਰਪਣ ਹੈ ਕਿ ਖਾਲਸਾ ਵਾਹਿਗੁਰੂ ਜੀ ਕਾ ਹੈ, ਵਾਹਿਗੁਰੂ ਜੀ ਕੀ ਫਤਿਹ। ਇਹਦੇ 'ਚ ਇਹ ਥੋੜ੍ਹਾ ਕਿਹਾ ਵੀ ਖਾਲਸੇ ਨੇ ਜਿਹੜੀ ਮੱਲ ਮਾਰੀ ਇਹਦੇ ਨਾਂ 'ਤੇ ਲਿਖ ਦਿਓ। ਕਹਿਣ ਲੱਗੇ ਖਾਲਸਾ ਵਾਹਿਗੁਰੂ ਜੀ ਕਾ ਹੈ ਅਤੇ ਇਹਦੀ ਫਤਿਹ ਵੀ ਵਾਹਿਗੁਰੂ ਜੀ ਕੀ ਹੈ। ਗੁਰਮੁਖੋ, ਸਾਡੇ ਤਾਂ ਖਾਲਸੇ ਅਤੇ ਫਤਿਹ ਵਿੱਚੋਂ ਵੀ ਗੁਰੂ ਨੇ ਕੌਮੇ ਨੂੰ ਮੁਨਫੀ ਕਰ ਦਿੱਤਾ ਹੈ, ਉਹਦੀ ਕਿਰਪਾ ਹੈ। ਮੈਂ ਫਿਰ ਬੇਨਤੀ ਕਰਾਂਗਾ, ਜਿਹੜੀ ਅਰਜ਼ ਕਰਨ ਲੱਗਾਂ ਕਿ ਮੁੱਖ ਬੋਲੀ ਖਰ ਬਾਣੀ, ਕਿ ਸੰਤ ਜਨ ਜਿਹੜੇ ਆਪਣੇ ਮੁੱਖ ਤੋਂ ਪਰਮਾਤਮਾ ਦੀ ਬਾਣੀ ਬੋਲਦੇ ਆ, ਅਤੇ ਜਦੋਂ ਅਗਲਾ ਸਮਾਂ ਕਿਤੇ ਵਾਹਿਗੁਰੂ ਜੀ ਬਣਾਏਗਾ, ਮੇਰਾ ਇੱਛਾ ਸੀ ਇੱਕ ਇੱਕ ਜਿਹੜੇ ਸ਼ਬਦ ਨੇ, ਸੰਤ, ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ, ਮੈਂ ਇੱਕ ਗੱਲ ਜ਼ਰੂਰ, ਇਹ ਨਹੀਂ ਕਿ ਮੈਂ ਰੇਡੀਓ 'ਤੇ ਸੰਗਤ ਸੁਣ ਰਹੀ ਹੈ, ਮੇਰੇ ਮਨ 'ਚ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੱਕ ਕਿਸੇ ਸਿੱਖ ਨੇ ਆਪਣੇ ਨਾਮ ਨਾਲ ਸਰਦਾਰ ਲਾਇਆ ਸੀ? ਹਮਾਰੇ ਨੇ ਸਰਦਾਰੀ ਦਿੱਤੀ ਭਾਈ ਦਇਆ ਸਿੰਘ ਨੇ, ਭਾਈ ਧਰਮ ਸਿੰਘ ਨੇ। ਪਰ ਇਹ ਮੈਂ ਇਹ ਨੈਗੇਟਿਵ ਪੱਖੋਂ ਨਹੀਂ, ਮੇਰੀ ਇੱਛਾ ਵੀ ਜ਼ਰੂਰ ਇਸ ਸੰਬੰਧੀ ਵੀ ਆਪਾਂ ਦੇਖੀ। ਜਦੋਂ ਆਪਾਂ ਕਹਿੰਦੇ ਸੰਤ ਲਫਜ ਦੀ ਗੱਲ ਚੱਲਦੀ ਹੈ, ਜੇ ਅੰਗਰੇਜ਼ਾਂ ਦੀ ਦੇਣ ਹੈ ਜੀ, ਇਹ ਤਾਂ ਫਲਾਣਿਆਂ ਦੀ ਦੇਣ ਹੈ ਜੀ। ਮੈਂ ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ, ਚੇਤੇ ਰੱਖਿਓ ਕਿ ਪਖੰਡ ਬਹੁ ਗਿਣਤੀ 'ਚ ਮਿਲੇਗਾ,
ਬਾਈ ਮੰਜੀਆਂ ਵਾਲੇ ਸਦਾ ਹੀ ਰਹਿੰਦੇ ਆ, ਪਰ ਬਾਈਆਂ ਨੂੰ ਦੇਖ ਕੇ ਕਿਤੇ ਮੱਖਣ ਸ਼ਾਹ ਦੀ ਤਰ੍ਹਾਂ ਸਿਦਕ ਜਨੂਰ ਬਣਾ ਕੇ ਰੱਖਿਓ, ਬਾਈ ਪਖੰਡੀ ਨੇ ਕਿਤੇ ਨਾ ਕਿਤੇ ਗੁਰੂ ਤੇਗ ਬਹਾਦਰ ਕਿਰਪਾ ਵਾਲਾ ਵੀ ਬੈਠਾ ਹੈ। ਮੈਂ ਤਾਂ ਬੇਨਤੀ ਕੀਤੀ ਕਿਉਂਕਿ ਬਾਈ ਤਾਂ ਬਚਲਾ ਦੇਣਗੇ ਸਾਨੂੰ, ਇਹੀ ਕਾਰਨ ਕਿ ਬਾਈਆਂ ਦੇ ਮਾਰੇ ਹੋਏ ਲੋਕ ਗੁਰੂ ਤੇਗ ਬਹਾਦਰ ਨੂੰ ਨਹੀਂ ਮੰਨਣ ਨੂੰ ਤਿਆਰ। ਮੈਂ ਸਿਰਫ ਪੱਖ ਲੈ ਰਿਹਾ, ਕਿਸੇ ਦੀ ਕੋਈ ਤੁਲਨਾ ਦੀ ਦੇ ਰਿਹਾ। ਅਤੇ ਦੂਸਰੀ ਗੱਲ ਕਿ ਸੰਤ ਦੀ ਗੱਲ ਮੈਂ ਬੇਨਤੀ ਕੀਤੀ ਸੀ, ਗੁਰਮੁਖੋ ਜਿਹਦੀ ਸੰਗਤ ਕੀਤਿਆਂ ਸੱਚੀ ਮੁੱਚੀ ਗੁਰੂ ਰੱਬ ਪਿਆਰਾ ਲੱਗਣ ਲੱਗ ਪਵੇ, ਸਮਝੋ ਵਾਕਈ ਉਹਦੀ ਨੇੜਤਾ ਉਹ ਕਿਸੇ ਅੰਦਰ ਜੁੜਿਆ ਹੋਇਆ ਹੈ, ਅਤੇ ਜਿਹਦੇ ਕੋਲ ਬੈਠਿਆਂ ਸਾਡਾ ਨਿਤਨੇਮ ਵੀ ਜਾਂਦਾ ਰਹੇ ਜੀ ਬਸ ਬਾਬਾ ਜੀ ਦੀ ਸੇਵਾ ਕਰਨੇ, ਉਹਨਾਂ ਕਿਹਾ ਜ਼ਿੰਮੇਵਾਰੀ ਮੈਂ ਲੈ ਲਈਏ। ਜਿਹੜਾ ਬੰਦਾ ਨਿਤਨੇਮ ਵੀ ਛੱਡ ਗਿਆ ਉਹ ਕਾਹਦੀ ਸੰਤਗਿਰੀ ਹੈ ਜੀ। ਮੁੱਖ ਬੋਲੀ ਖਰਬਾਣੀ, ਕੱਲ੍ਹ ਬੇਨਤੀ ਕੀਤੀ ਸੀ ਕਿ ਆਪਣੀ ਰਸਨਾ ਤੋਂ ਬਾਣੀ ਗਾਈਏ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਬਾਣੀ ਵਿੱਚੋਂ ਵੀ ਨਾਮ ਪ੍ਰਗਟ ਹੁੰਦਾ ਗੁਰਮੁਖੋ, ਬਾਣੀ ਨਾਮ ਤੋਂ ਬਿਨਾਂ ਥੋੜ੍ਹੀ, ਨਾਮ ਪਹਿਲਾਂ ਸੀ ਕਿ ਬਾਣੀ ਪਹਿਲਾਂ ਸੀ। ਗੁਰੂ ਅਰਜਨ ਦੇਵ ਜੀ ਕਹਿੰਦੇ ਆ ਵੀ ਜਿੰਨੇ ਵੀ ਧਰਮ ਦੇ ਗ੍ਰੰਥ ਨੇ, ਧਰਮ ਦੀਆਂ ਸ਼ਖਸੀਅਤਾਂ ਨੇ, ਇਹ ਸਾਰੀਆਂ ਸਿਮਰਨ 'ਚੋਂ ਪੈਦਾ ਹੋਈਆਂ ਨੇ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਉਹ ਸਗਲ ਆਕਾਰਾ। ਮੈਂ ਉਸ ਦਿਨ ਕਿਹਾ ਸੀ ਗੁਰਮੁਖੋ ਹਰ ਸਿਮਰਨ ਮੈਂ, ਹੁਣ ਆਪ ਨਿਰੰਕਾਰਾਂ ਨੂੰ ਕਿਵੇਂ ਕਹਿ ਦਿਆਂਗੇ ਵਾਹਿਗੁਰੂ ਸ਼ਬਦ ਥੋਤਾ, ਕਿਵੇਂ ਕਹਿ ਦਿਆਂਗੇ ਬਾਣੀ ਥੋਤੀ। ਮਹਾਰਾਜ ਕਹਿੰਦੇ ਆ ਸਿਮਰਨ ਵਿੱਚ ਆਪ ਨਿਰੰਕਾਰਾ ਹੈ, ਇਸੇ ਕਾਰਨ ਕਰਕੇ ਜਦੋਂ ਸਿੱਖ ਸਿਮਰਨ ਕਰਦਾ ਹੈ ਉਹ ਜਿੱਥੇ ਵੀ ਹੋਵੇ ਇੱਕ ਅਦ੍ਰਿਸ਼ਟ ਸ਼ਕਤੀ ਉਹਦੇ ਕੰਮ ਵਿੱਚ ਵੀ ਵਰਦੀ, ਉਹਦੇ ਸੀਨੇ ਵਿੱਚ ਵੀ ਵਰਦੀ, ਉਹਦੇ ਤਨ ਵਿੱਚ ਵੀ ਵਰਦੀ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ। ਮਹਾਰਾਜ ਕਹਿੰਦੇ ਜੈ ਜੈ ਕਿਰ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਇਹ ਸਾਰੀ ਘਟਨਾ 'ਚ ਕੋਈ ਅਦ੍ਰਿਸ਼ਟ, ਕਿਉਂਕਿ ਇਹ ਸਮੱਸਿਆ ਖੜੀ ਹੋ ਗਈ, ਪਰਮ ਸ਼ਕਤੀ ਤੋਂ ਅਸੀਂ ਇਨਕਾਰੀ ਹੋ ਰਹੇ। ਇਨਡਾਇਰੈਕਟਲੀ ਚੇਤੇ ਰੱਖਿਓ ਸਿੱਖੋ, ਉਹ ਹੀ ਵਿਚਾਰਧਾਰਾ ਥੋਪੀ ਜਾ ਰਹੀ ਹੈ ਜਿਹੜੀ ਪਹਿਲਾਂ ਨਾਸਤਿਕਤਾ ਪੰਜਾਬ ਵਿੱਚ ਫੈਲਦੀ ਸੀ। ਉਹਨੇ ਸੋਚਿਆ ਵੀ ਹੁਣ ਇਸ ਤਰ੍ਹਾਂ ਤਾਂ ਗੱਲ ਨਹੀਂ ਪਲੀ, ਇਹਨਾਂ ਦੀ ਕਿਰਪਾਨ ਪਾਓ ਅਤੇ ਇਹਨਾਂ ਦੀ ਸ਼ਬਦ ਵਰਤੋ ਅਤੇ ਰੌਲਾ ਪੰਥ ਦਾ ਪਾਓ ਅਤੇ ਸ਼ੂਗਰ ਕੋਟ ਸ਼ਬਦ ਵਰਤਾ, ਆਪਣੀ ਗੱਲ ਕਰੀ ਜਾਓ ਤੁਸੀਂ। ਮੇਰੀ ਇੱਕ ਬੇਨਤੀ, ਅਸੀਂ ਪਰਮ ਸ਼ਕਤੀ ਨੂੰ ਮੰਨਦੇ ਹਾਂ ਜੀ, ਉਹਨੂੰ ਪਰਮਾਤਮਾ ਕਹੋ, ਵਾਹਿਗੁਰੂ ਕਹੋ, ਅਕਾਲ ਪੁਰਖ ਕਹੋ, ਕੋਈ ਸਿੱਖ ਉਹਦੇ ਤੋਂ ਇਨਕਾਰੀ ਹੋ ਸਕਦਾ? ਅਸੀਂ ਆਪਣੀ ਸ਼ਕਤੀ 'ਤੇ ਦਾਅਵਾ ਨਹੀਂ ਕਰਦੇ, ਇੱਥੋਂ ਤੱਕ ਕਿ ਗੁਰੂ ਪਹਿਲੀ ਜੰਗ ਜਿੱਤ ਕੇ ਵੀ ਕਹਿੰਦਾ ਹੈ ਕਿ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਤੇਰੀ ਕਿਰਪਾ ਨਾਲ ਜੀ, ਤੇਰੀ ਬਖਸ਼ਿਸ਼ ਨਾਲ। ਮੈਂ ਫਿਰ ਬੇਨਤੀ ਕਰਾਂਗਾ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਕਿ ਬਾਣੀ ਚੌਥੀ ਜੀ ਲਾਮ, ਮੁੱਖ ਬੋਲੀ ਖਰਬਾਣੀ। ਹੁਣ ਜਦੋਂ ਆਪਾਂ ਬਾਣੀ ਪੜ੍ਹੀਏ, ਕਿਰਪਾ ਤੋਂ ਬਿਨਾਂ ਨਾ ਗਾਈ ਨਾ ਪੜ੍ਹੀ ਨਾ ਸੁਣੀ, ਅੰਦਰ ਵੱਸਦੀ ਨੇ। ਗੁਰੂ ਸਾਹਿਬ ਗੁਰੂ ਅਮਰਦਾਸ ਦੇ ਬਚਨ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਾਰੇ ਗਾਉਂਦੇ ਆ ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹੁਣ ਅਗਲੀ ਤੁੱਕ ਦੇਖੋ, ਪਹਿਲੇ ਇਹ ਦੋ ਤੁੱਕਾਂ ਸਾਧਨਾ ਨੇ ਜੋ ਆਪਾਂ ਕਮਾਣੀਆਂ ਨੇ, ਉਹਨੂੰ ਗਾਓ ਬਾਣੀਆਂ ਸਿਰ ਬਾਣੀ। ਪਰ ਅਗਲੀ ਤੁੱਕ ਕਹਿ ਰਹੀ ਹੈ ਜਿਨ ਕੋ ਨਦਰ ਕਰਮ ਹੋਵੇ। ਇਸ ਕਰਕੇ ਅਸੀਂ ਕਹਿੰਦੇ ਫਲਾਣਾ ਇੰਨੀ ਬਾਣੀ ਪੜ੍ਹਦਾ ਉਹ ਕੋਈ ਨਹੀਂ ਤਬਦੀਲ ਹੋਇਆ ਜੀ, ਫਲਾਣਾ ਐਡਾ ਵੱਡਾ ਪਾਠੀ ਉਹਨੂੰ ਕੁਝ ਨਾ। ਮੈਂ ਅੱਜ ਤਾਂ ਗੱਲ ਕਰਨ ਲੱਗਾ, ਗੁਰਸਿੱਖੋ ਸਾਰੇ ਪੜ੍ਹਦੇ ਆ, ਪਰ ਇਸ ਗੱਲ ਨੂੰ ਕਦੀ ਭੁੱਲਿਓ ਨਾ, ਉਹਦੀ ਕਿਰਪਾ ਤੋਂ ਬਿਨਾਂ ਆਤਮਕ ਅਵਸਥਾ 'ਤੇ ਬਾਣੀ ਅੰਦਰ ਨਹੀਂ ਜਾਂਦੀ। ਅਸੀਂ ਜ਼ੋਰ ਨਾਲ ਇਹਨੂੰ ਅੰਦਰ ਲਿਜਾ ਸਕਾਂਗੇ? ਇੱਕ ਪਾਸੇ ਪੌੜੀ ਪੜ੍ਹਦੇ ਹਾਂ, ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਕਿਸੇ ਕੋਲ ਤਾਕਤ ਹੈ ਆਪਣੀ ਸੁਰਤ ਨਾਲ ਗਿਆਨ ਕੰਡਾ ਕਰ ਲੈ? ਤਾਂ ਹੀ ਕਿਹਾ ਵੀ ਉਹਦੀ ਕਿਰਪਾ ਨੂੰ, ਉਹਦੀ ਬਖਸ਼ਿਸ਼ ਨੂੰ, ਉਹਦੀ ਗ੍ਰੇਸ ਨੂੰ ਆਪਾਂ ਭੁੱਲਾਂਗੇ? ਤਾਂ ਹੀ ਕਹਿੰਦੇ ਫਲਾਣਾ ਇੰਨੀ ਦੇਰ ਦਾ ਪੜ੍ਹ ਰਹੇ। ਮੇਰੇ ਗੁਰੂ ਸਾਹਿਬ ਵਾਰ ਵਾਰ ਕਹਿੰਦੇ ਆ ਪੜ੍ਹ ਬੜੀ ਦੇਰ ਦੇ ਰਹੇ ਆ, ਪਰ ਚੇਤੇ ਰੱਖਿਓ ਨਦਰ ਵਾਲਿਆਂ ਦੇ ਹਿਰਦੇ 'ਚ ਵੱਸਦੀ। ਹੁਣ ਇੱਕ ਇਹ ਵੀ ਸਵਾਲ ਉੱਠੇਗਾ ਜੀ, ਨਦਰ ਕਿਵੇਂ ਮਿਲਦੀ? ਇਹ ਵੀ ਸਵਾਲ ਹੈ ਜੀ, ਨਦਰ ਇਹ ਨਦਰ ਆਪਣੇ ਆਪ ਥੋੜ੍ਹਾ ਮਿਲਦੀ, ਧੱਕੇ ਨਾਲ ਮਿਲਦੀ ਹੈ ਨਦਰ। ਗੁਰੂ ਸਾਹਿਬ ਨੇ ਇਹ ਸ਼ਬਦ ਕਿਹਾ, ਕਹਿੰਦੇ ਨੇ ਜਿਹੜਾ ਸਿੱਖ ਕੋਈ ਚੀਜ਼
ਆਪਣੀ ਕਮਾਈ ਕਰਕੇ ਕਮਾਈ ਕਰਕੇ ਦਾਤਾਂ ਲਈਆਂ। ਕਹਿੰਦੇ ਦੋ ਲਫ਼ਜ਼ ਇਕੱਠੇ ਨਾ ਕਿਹਾ ਕਰੋ, ਕਮਾਈ ਅਤੇ ਦਾਤ, ਕਿਉਂਕਿ ਕਮਾਈਆਂ ਨਾਲ ਦਾਤਾਂ ਮਿਲਦੀਆਂ, ਸਾਰੇ ਲੈ ਜਾਂਦੇ। ਜਿਸ ਰਾਹੀਂ ਦਾਤ ਮਿਲੀ ਉਸ ਕਮਾਈ ਨੂੰ ਵੀ ਦਾਤ ਵਿੱਚ ਗਿਣੋ। ਫਿਰ ਬਿਨੂ ਸੀ ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈ ਹੈ, ਜਿਹੜੀ ਆਪਣੀ ਘਾਲਣਾ ਨਾਲ ਮਿਲ ਜਾਏ ਉਹ ਦਾਤ ਨਹੀਂ। ਨਾਨਕ ਸਾ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਫਿਰ ਬੇਨਤੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦੋ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਪਿਆਰਿਓ ਉਹਦੀ ਨਦਰ ਤੋਂ ਬਿਨਾਂ ਕਿਵੇਂ ਅੰਦਰ ਵਸੇਗੀ। ਹੁਣ ਇਸ ਤੋਂ ਅਗਲੀ ਬੇਨਤੀ ਕਿ ਬਾਣੀ ਦਾ ਅਭਿਆਸ ਨਹੀਂ ਛੱਡਣਾ ਮੇਰੀ, ਪਲੀਜ਼। ਮੈਂ ਵਾਰ ਵਾਰ ਐਤਕੀ ਇਹ ਗੱਲ 'ਤੇ ਜ਼ੋਰ ਦੇਣਾ ਕਿ ਆਪਣਾ ਨੇਮ ਨਾ ਛੱਡੋ ਜ਼ਿੰਦਗੀ 'ਚ, ਨਿਤਨੇਮ ਨਾ ਛੱਡਿਓ। ਗੁਰਸਿੱਖੋ ਕੁਝ ਨਹੀਂ, ਜੇ ਪੱਲੇ ਰਹਿ ਜਾਣਾ ਰੁੱਲ ਜਾਵਾਂਗੇ ਜੇ ਨਿਤਨੇਮ ਛੱਡ ਦਿੱਤਾ ਤਾਂ। ਨੇਮ ਹੀ ਛੱਡ ਦਿੱਤੇ, ਫਿਰ ਮੈਂ ਉਸ ਦਿਨ ਕਿਹਾ ਸੀ ਸਿਸਟਮ ਵਿੱਚ ਅਤੇ ਰੂਹਾਨੀਅਤ 'ਚ ਬੜਾ ਫਰਕ ਹੈ। ਅਸੀਂ ਕਿਸੇ ਧਾਰਮਿਕ ਅਦਾਰੇ ਦਾ ਸਿਸਟਮ ਵਧੀਆ ਬਣਾ ਸਕਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਸਿਸਟਮ ਵਧੀਆ ਹੋ ਗਿਆ ਅਤੇ ਉਹਨਾਂ ਕੋਲ ਸਪਿਰਿਚੁਅਲਿਟੀ ਵੀ ਹੈਗੀ। ਇਹ ਤਾਂ ਕਾਰਨ ਹੈ, ਬੜੇ ਵੱਡੇ ਵੱਡੇ ਤੁਹਾਨੂੰ ਪ੍ਰਬੰਧਕ ਮਿਲ ਸਕਦੇ ਆ ਕਿਸੇ ਵੀ ਸਿਸਟਮ 'ਚ, ਪਰ ਜਦੋਂ ਗੁਰਮਤ ਦੀ ਗੱਲ ਚੱਲਦੀ ਅੰਦਰੋਂ ਸੁੱਕੇ ਹੁੰਦੇ ਆ। ਸਿਸਟਮ ਦਾ ਨਾਮ ਗੁਰਮਤ ਨਹੀਂ, ਸੱਚ ਇਵੇਂ ਕਿ ਅੰਦਰੋਂ ਨਾਮ ਵਿੱਚ ਭਿੱਜਾ ਹੋਵੇ, ਉਹ ਸਿਸਟਮ ਜਦੋਂ ਚੱਲਦਾ ਉਹਦੇ ਕੋਲ ਬੈਠਿਆਂ ਵੀ ਬੰਦੇ ਨੂੰ ਠੰਡ ਪੈਂਦੀ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ ਗੁਰਦਾਸ ਜੀ ਨੇ, ਮੇਰਾ ਖਿਆਲ ਉਸ ਵਕਤ ਵੀ ਕਿੰਨਾ ਜ਼ੋਰ ਦਿੱਤਾ ਜਾਂਦਾ ਬਾਣੀ ਦੇ ਵਿਆਹ, ਜਿਵੇਂ ਭਾਈ ਸਾਹਿਬ ਅੱਜ ਕਹਿ ਰਹੇ ਸਨ ਕਿ ਸਹਿਜ ਪਾਠ। ਗੁਰਮੁਖੋ, ਜਦੋਂ ਜਿਹੜਾ ਸਿੱਖ ਸਹਿਜ ਪਾਠ ਕਰਨ ਲੱਗ ਪਿਆ ਨਾ, ਇੱਕ ਤਾਂ ਉਹਦੀ ਮੁਥਾਜਗੀ ਮੁੱਕ ਜਾਣੀ ਹੈ। ਮੈਂ ਕਹਿੰਦਾ ਜਿਹੜਾ ਪਾਠ ਨਹੀਂ ਕਰਦਾ ਵਿਚਾਰਾ ਮੁਥਾਜ ਹੈ, ਉਹ ਕਿਸੇ ਰਾਗੀ ਦਾ ਮੁਥਾਜ ਹੈ, ਸਾਡੇ ਵਰਗੇ ਕਥਾਵਾਚਕਾਂ ਦਾ ਮੁਥਾਜ ਹੈ, ਪਾਠੀ ਦਾ ਮੁਥਾਜ ਹੈ। ਸੱਚ ਇਵੇਂ ਫਿਰ ਜਿਹੜਾ ਬੰਦਾ ਮੁਥਾਜ ਹੈ, ਕਈ ਵਾਰੀ ਮੁਥਾਜ ਬੰਦੇ ਤੱਕ ਜਾਣਕਾਰੀ ਪੂਰੀ ਨਹੀਂ ਦਿੱਤੀ ਜਾਂਦੀ। ਈਵਨ ਤੁਹਾਡੇ ਵਪਾਰ ਵਿੱਚ ਤੁਸੀਂ ਕਿਸੇ ਬੰਦੇ ਦੇ ਮੁਥਾਜ ਹੋ, ਤੁਹਾਡੇ ਕੰਮ ਦੇ ਵਿੱਚ ਵੀ ਉਹ ਕਈ ਵਾਰੀ ਕੁੰਡੀ ਲਾ ਜਾਂਦਾ, ਪੂਰੀ ਜਾਣਕਾਰੀ ਦਿੰਦਾ ਹੀ ਨਹੀਂ। ਮੇਰੀ ਬੇਨਤੀ ਹੈ, ਅਸੀਂ ਲੋਕ ਜੋ ਪੜ੍ਹਦੇ ਸੁਣਾ ਦਿੱਤਾ, ਤੁਸੀਂ ਕਿਹਾ ਵੀ ਸਾਡੇ ਭਾਈ ਸਾਹਿਬ ਨੇ ਕਿਹਾ, ਸਾਡੇ ਬਾਬਾ ਜੀ ਨੇ ਕਿਹਾ। ਇੱਕ ਤਾਂ ਮੈਂ ਪਤਾ ਨਹੀਂ ਮੇਰੇ ਮਨ 'ਚ ਆਉਂਦਾ, ਅਸੀਂ ਸਿੱਖ ਗਿਆਨ ਦੀ ਫ੍ਰੀਕੁਐਂਸੀ ਕਿਉਂ ਅਸੀਂ ਸੀਮਿਤ ਕਰ ਦਿੱਤੀ, ਵੀ ਜੋ ਭਾਈ ਸਾਹਿਬ ਸਾਡੇ ਕਹਿ ਦਿੱਤਾ ਜਾਂ ਸਾਡੇ ਬਾਬਾ ਜੀ ਨੇ ਕਿਹਾ। ਵਾਹਿਗੁਰੂ ਗੁੱਸਾ ਨਹੀਂ ਇਸ ਗੱਲ ਦਾ ਕਰਿਓ ਵੀ ਆਖਰੀ ਸੱਚ ਇਵੇ ਨਹੀਂ। ਗੁਰਮੁਖੋ, ਜਿੰਨੀ ਉਹਨਾਂ ਦੀ ਸੁਰ ਦੀ ਉਡਾਰੀ ਉਹਨਾਂ ਕਿਹਾ, ਪਰ ਇਹ ਨਹੀਂ ਕਿ ਉਹ ਅਗਿਆਨਤਾ ਬਸ ਜੀ ਗਏ, ਗਿਆਨ ਤਾਂ ਇਸ ਤੋਂ ਅੱਗੇ ਬੜਾ ਹੈ। ਮੈਂ ਫਿਰ ਅਰਜ਼ ਕਰਾਂਗਾ, ਭਾਈ ਸਾਹਿਬ ਦੇ ਵੇਲੇ ਸੀ ਵੀ ਇਹ ਗੱਲ, ਉਹ ਕਹਿੰਦੇ ਸਨ ਅਭਿਆਸ ਨਹੀਂ ਬਾਣੀ ਦਾ ਛੱਡਣਾ, ਅੱਜ ਨਹੀਂ ਕੱਲ੍ਹ ਨਹੀਂ। ਇਹ ਤਾਂ ਮਰਿਆਂ ਹੋਇਆਂ ਦਾ ਰਸਤਾ ਪਿਆਰਿਓ, ਇਹ ਕਾਲੇ ਪੈਣ ਵਾਲਿਆਂ ਦਾ ਰਸਤਾ ਨਹੀਂ, ਇਹ ਸਬਰ ਵਾਲਿਆਂ ਦਾ ਰਸਤਾ ਹੈ, ਇਹ ਧੀਰਜ ਵਾਲਿਆਂ ਦਾ ਰਸਤਾ ਹੈ, ਇਹ ਸੱਚਮੁੱਚ ਦਰਵੇਸ਼ੀ ਗਾਖੜੀ ਵਾਲਿਆਂ ਦਾ ਰਸਤਾ ਹੈ। ਜੇ ਕਈ ਆਪਾਂ ਕਾਲੇ ਪਲ ਕੇ ਕਹੀਏ ਨਹੀਂ, ਕਿਉਂਕਿ ਜੋ ਪਰਮਾਤਮਾ ਦਾ ਸਿਸਟਮ ਹੈ ਉਹਦੇ ਵਿੱਚ ਧੀਰਜ ਰੱਖ ਕੇ ਕੁਝ ਸਭ ਕੁਝ ਮਿਲੇਗਾ ਨਾ। ਹਰ ਮਾਂ ਬਾਪ ਚਾਹੁੰਦੇ ਨੇ ਸਾਡੇ ਘਰ ਸੰਤਾਨ ਹੋਵੇ, ਜਦੋਂ ਕਿ ਉਤਾਵਲਾ ਹੋ ਕੇ ਉਹ 9-10 ਮਹੀਨੇ ਦੀ ਵੇਟ ਤੋਂ ਬਿਨਾਂ ਔਲਾਦ ਦੇ ਮੂੰਹ ਨੂੰ ਦੇਖ ਸਕੇਗਾ, ਧੀਰੇ ਤਾਂ ਉੱਥੇ ਵੀ ਰੱਖਣਾ ਪੈਂਦਾ ਹੈ। ਮੈਂ ਬੇਨਤੀ ਕਰਾਂ, ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਆ ਕਿ ਇੱਕ ਤਾਂ ਮੁੱਖ ਬੋਲੀ ਕਰ ਬਾਣੀ, ਆਪਣੀ ਜ਼ਬਾਨ ਤੋਂ ਬਾਣੀ ਦਾ ਅਭਿਆਸ ਨਹੀਂ ਛੱਡਣਾ। ਰਸ ਨਹੀਂ ਆਉਂਦਾ ਮੇਰਾ ਕਸੂਰ ਹੈ, ਬਾਣੀ ਦਾ ਕੋਈ ਕਸੂਰ ਨਹੀਂ। ਇਹ ਅਪਸਵਰਡ ਵੀ ਮੈਂ ਸ਼ਾਇਦ ਨਿਊ ਵੈਸਟ ਵੀ ਕਿਹਾ, ਇਹ ਸ਼ਬਦ ਹੀ ਬੋਲਣਾ ਸਟੇਜ ਤੋਂ ਬੰਦ ਕਰੀ। ਬੜੇ ਸ਼ਬਦ ਐਸੇ ਨਹੀਂ ਜੀ ਜਿਹੜੇ ਖਿੱਚੀ ਜਾਂਦੇ ਆ ਜੀ, ਬਾਣੀ 'ਚ ਨਿਤਨੇਮ ਕਰਨੇ ਆ, ਬਾਣੀ 'ਚੋਂ ਸਵਾਦ ਕੋਈ ਨਹੀਂ ਆਉਂਦਾ ਪਿਆ, ਇਹ ਝੂਠ ਹੈ। ਸਾਡੇ ਅੰਦਰ ਰਸ ਨਹੀਂ ਪੈਦਾ ਹੁੰਦਾ ਪਿਆ, ਬਾਣੀ ਦਾ ਕਸੂਰ ਕੋਈ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਬਾਣੀ 'ਚੋਂ ਰਸ ਨਹੀਂ ਆਉਂਦਾ, ਯਾਦ ਰੱਖਿਓ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਸਾਰਥਕਤਾ ਵੱਲ ਉਂਗਲ ਹੁੰਦੀ ਹੈ, ਇਹਦਾ ਮਤਲਬ ਬਾਣੀ ਦਾ ਰਸ ਫਿੱਕਾ ਪੈ ਗਿਆ। ਨਹੀਂ ਨਹੀਂ, ਇਹ ਸ਼ਬਦ ਵਰਤੀਏ, ਮੇਰੇ ਅੰਦਰ ਰਸ ਨਹੀਂ ਆਉਂਦਾ ਪਿਆ, ਮੇਰਾ ਅੰਦਰ ਤਿਆਰ ਨਹੀਂ ਉਸ ਰਸ ਨੂੰ ਚੱਖਣ ਵਾਸਤੇ। ਪਰ ਭਾਈ ਸਾਹਿਬ ਕਹਿੰਦੇ ਆ ਫਿਰ ਵੀ ਰਸ ਨਾ ਵੀ ਆਏ ਅਤੇ ਤਾਂ ਵੀ ਮੁੱਖ ਬੋਲੀ ਖਰ ਬਾਣੀ, ਜ਼ਬਾਨ ਤੋਂ ਬਾਣੀ ਬੋਲਣੀ ਬੰਦ ਨਾ ਕਰੋ। ਉਹਨਾਂ ਨੇ ਬਹੁਤ ਸਾਰੀਆਂ 3 ਕੁ ਉਦਾਹਰਨਾਂ ਦਿੱਤੀਆਂ ਨੇ, ਉਹ ਕਹਿੰਦੇ ਨੇ ਦੀਵਾ, ਉਦਾਹਰਨਾਂ ਬਾਣੀ 'ਚ ਹੀ ਰਹਿਣੀਆਂ ਨੇ। ਦੀਵਾ ਬਲਦਾ, ਪਤੰਗਾ ਪਹਿਲੇ ਦਿਨ ਥੋੜ੍ਹਾ ਸੜ ਜਾਂਦਾ, ਉਹ ਰੋਜ਼ ਆਉਂਦਾ ਪਰਿਕਰਮਾ ਕਰਕੇ ਚਲਾ ਜਾਂਦਾ, ਪਰ ਇੱਕ ਦਿਨ ਲਾਟ 'ਤੇ ਇੰਨਾ ਕੁ ਸ਼ੈਦਾਈ ਹੁੰਦਾ
ਉਹਦੇ ਉੱਤੇ ਸੜ ਜਾਂਦਾ, ਜਿਹੋ ਜਿਹੀ ਲਾਟ ਲਾਲ ਹੁੰਦੀ ਹੈ ਦੀਵੇ ਦੀ, ਉਹੋ ਜਿਹਾ ਪਤੰਗਾ ਵੀ ਲਾਲ ਹੋ ਜਾਂਦਾ। ਹੁਣ ਇਹਦਾ ਪੱਖ ਇਹ ਨਹੀਂ ਲੈਣਾ ਵੀ ਪਤੰਗੇ ਨੂੰ ਦੀਵੇ ਨੇ ਮਾਰ ਦਿੱਤਾ। ਭਾਈ ਸਾਹਿਬ ਨੇ ਜਿੰਨੇ ਤਿੰਨ ਉਦਾਹਰਨਾਂ ਦਿੱਤੀਆਂ, ਤਿੰਨਾਂ ਹੀ ਮਰਨ ਵਾਲੀਆਂ ਦਿੱਤੀਆਂ। ਪਤੰਗਾ ਰੋਜ਼ ਆਉਂਦਾ, ਪਰਿਕਰਮਾ ਕਰਕੇ ਚਲਾ ਜਾਏਗਾ, ਪਰ ਗੁਰਮੁਖੋ ਇੱਕ ਦਿਨ ਲਾਟ 'ਤੇ ਜ਼ਰੂਰ ਸਮਾਏਗਾ। ਪੰਛੀ ਕਿੰਨੇ ਦਿਨ ਖੇਤ ਵਿੱਚੋਂ ਚੋਗਾ ਚੁਣੇਗਾ, ਇੱਕ ਦਿਨ ਜਾਲ ਵਿੱਚ ਜ਼ਰੂਰ ਫਸੇਗਾ, ਪਰ ਜਾਂਦਾ ਰਹੇ। ਕਮਲ ਫੁੱਲ ਖਿੜਿਆ ਭਵਰਾ ਰੋਜ਼ ਜਾਏ, ਇੱਕ ਦਿਨ ਫੁੱਲ ਵਿੱਚ ਸਮਾਏਗਾ। ਗੁਰਮੁਖੋ ਰੋਜ਼ ਗੁਰਬਾਣੀ ਦਾ ਅਭਿਆਸ ਕਰੋ, ਇੱਕ ਦਿਨ ਗੁਰੂ ਕਿਰਪਾ ਵਰਤੇਗੀ, ਸਾਡਾ ਮਨ ਬਾਣੀ ਵਿੱਚ ਸਮਾਏਗਾ। ਕਾਲੇ ਪੈ ਕੇ ਨਹੀਂ, ਸਤਿਗੁਰੂ ਦੇ ਬੋਲ ਨੇ, ਵਾਹਿਗੁਰੂ ਬਾਣੀ ਵਿੱਚ ਵੀ ਭਾਈ ਸਾਹਿਬ ਜੀ ਲਿਖਦੇ ਆ, ਜੈਸੇ ਦੀਪ ਦੀਪਤ ਪਤੰਗ ਲੋਟ ਪੋਤ ਹੋਤ, ਕਬੂ ਕਹਿ ਜਵਾਰਾ ਮੈਂ ਪਰਤ ਜਰ ਜਾਏ ਹੈ, ਜੈਸੇ ਖਗ ਦਿਨ ਪ੍ਰਤ ਚੋਗ ਚੁਗ ਆਵੇ ਉੱਡ, ਕਉਂ ਦਿਨ ਫਾਂਸੀ ਫਾਂਸੈ ਬੌਰ ਨਾ ਆਏ ਹੈ, ਜੈਸੇ ਅਲ ਕਮਲ ਪ੍ਰਤ ਖੋਜਤ ਨਿਤ, ਕਬੂ ਕਮਲ ਦਲ ਸੰਪਟ ਸਮਾਏ ਹੈ, ਤੈਸੇ ਗੁਰਬਾਣੀ ਅਵਗਾਨ ਅਵਗਾਨ ਦਰ ਤੇ ਚੁੱਬੀ ਮਾਰਨੀ ਡੁੱਬਣਾ, ਤੈਸੇ ਗੁਰਬਾਣੀ ਅਵਗਾਨ ਕਰਤ ਚਿੱਤ, ਕਬੂ ਮਗਨ ਹੋਵੇ ਸ਼ਬਦ ਉਰ ਜਾਏ। ਹੁਣ ਆ ਫਿਰ ਸ਼ਬਦ ਆ ਗਿਆ, ਬਾਣੀ 'ਚ ਟੁੱਬੀ ਮਾਰ ਇੱਕ ਦਿਨ ਉਰ ਜਾਏਗਾ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ। ਉਹ ਅਗਲੇ ਬਚਨ ਦੇਖਿਓ, ਉਹ ਕਿਵੇਂ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜਿਉਂ ਜਾਣੈ ਤਿਸ ਅੰਤਰ ਰਵੇ ਹਰਨਾਮਾ। ਤਾਂ ਮੈਂ ਸ਼ਬਦ ਵਰਤਿਆ ਮੁੱਖ ਬੋਲੀ ਹਰ ਬਾਣੀ। ਉਸ ਤੋਂ ਅਗਲਾ ਬਚਨ ਸੀ ਕਿ ਉਹਨਾਂ ਦੇ ਖਿਰਦੇ ਵਿੱਚ ਨਾਮ ਦੀ ਧੁਨੀ ਜਿਹੜੀ ਕਹਿ, ਖਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਇੱਥੇ ਦੋ ਤਿੰਨ ਬੇਨਤੀਆਂ ਕਰਨੀਆਂ ਨੇ, ਜਿੰਨੀ ਕੁ ਬਾਣੀ ਪੜ੍ਹ ਕੇ ਸਮਝ ਪਈ। ਜਦੋਂ ਇਹ ਸ਼ਬਦ ਜਪਨੇ, ਵਾਹਿਗੁਰੂ ਸ਼ਬਦ ਗੁਰੂ ਗੁਰਮੰਤਰ ਸਾਨੂੰ ਗੁਰੂ ਨੇ ਦਿੱਤਾ ਹੈ ਜੀ, ਵਾਹਿਗੁਰੂ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ। ਅਤੇ ਉਸ ਦਿਨ ਮੈਂ ਵਾਹਿਗੁਰੂ ਸ਼ਬਦ ਦੇ ਅਰਥ ਕਰਦਿਆਂ ਇੱਕ ਬੇਨਤੀ ਕੀਤੀ ਸੀ, ਵਾਹ ਦਾ ਅਰਥ ਹੈ ਅਸਚਰਜ ਵਿਸਮਾਦ, ਗੁਰੂ ਦੇ ਅਰਥ ਭਾਵੇਂ ਅੰਧਕਾਰ ਨੂੰ ਮਿਟਾ ਕੇ ਚਾਨਣ ਵਾਲੇ ਨੇ, ਪਰ ਮੈਂ ਕਿਹਾ ਸੀ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਗੁਰੂ ਦੇ ਅਰਥ ਨੇ ਅਜਿੰਦ ਪੁਣੇ ਦੇ ਵਿੱਚ ਜਿੰਦ ਪੈਦਾ ਕਰਦੇ ਨੇ, ਜੜ ਵਿੱਚ ਚੇਤਨਤਾ ਪੈਦਾ ਕਰਦੇ ਨੇ। ਵਾਹਿਗੁਰੂ ਸ਼ਬਦ ਗੁਰੂ ਨਾਨਕ ਸਾਹਿਬ ਦਾ ਆਪਣਾ ਕਮਾਇਆ ਹੋਇਆ। ਕਈ ਵਾਰੀ ਹੁਣ ਕਹਿੰਦੇ ਆ ਜੀ ਗੁਰੂ ਕਾਲ ਵਿੱਚ ਨਾਮ ਜਪਿਆ ਜਾਂਦਾ ਸੀ, ਉਹ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ ਦੱਸੋ ਜਿਹੜਾ ਨਾਮ ਤੋਂ ਖਾਲੀ ਹੋਵੇ। ਹੁਣ ਇਹ ਜਿਹੜੀ ਧੁਨੀ ਹੈ, ਇਹ 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 ਤਾਂ ਅਨੁਭਵ ਹੈ ਜੀ, ਕਥਾ ਮੈਂ ਕਰ ਦਿਆਂਗਾ, ਕੰਨਾਂ ਦੀ ਘੂੰ ਘੂੰ ਜਾਂ ਗੁੱਸੇ 'ਚ ਆਇਆ ਬੰਦੇ ਦੇ ਕੰਨ ਵੀ ਬੋਲਣ ਲੱਗ ਪੈਂਦੇ ਆ, ਲੱਗਦਾ ਵੀ ਕੰਨਾਂ 'ਚ ਕੋਈ ਆਵਾਜ਼। ਮੈਨੂੰ ਯਾਦ ਹੈ ਗੁਰਮੁਖ ਪਿਆਰੇ ਕਹਿੰਦੇ ਸਨ ਕਿ ਜਿਹੜਾ ਜਪ ਹੈ ਇਹ ਇਹ ਪੰਜ ਪੜਾਵਾਂ 'ਤੇ ਸਫ਼ਰ ਕਰਦਾ ਜੀ। ਪਹਿਲਾਂ ਜਪ ਹੈ, ਉਸ ਤੋਂ ਬਾਅਦ ਇਹ ਸਪਰਸ਼ ਹੈ, ਜਪ ਤੋਂ ਬਾਅਦ ਜਪ ਬੰਦ ਹੁੰਦਾ ਹੈ ਪਰ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ ਹੈ। ਇਹ ਹੀ ਜਪ ਜਿਹੜਾ ਹੈ ਸਿਮਰਨ ਕਹਿ ਖਿਰਦੇ 'ਚ ਵੱਸਦਾ, ਇਹ ਹੀ ਪੂਰੇ ਸਰੀਰ ਦੇ ਰੋਮ ਰੋਮ ਵਿੱਚ ਰਚਦਾ, ਇਹ ਜਦੋਂ ਮੁਕੰਮਲ ਅੰਦਰ ਤਨ 'ਤੇ ਆਪਣੀ ਸ਼ਬਦ ਦੀ ਕਲਾ ਵਰਤਾਉਂਦਾ, ਅੰਦਰੋਂ ਉਹਦਾ ਨਾਦ ਉਹਦੇ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ, ਫਿਰ ਜਦੋਂ ਉਸ ਨਾਮ ਨੂੰ ਸੁਣਦਾ ਹੈ ਬਾਹਰਮੁਖੀ ਹੋ ਕੇ ਵਰਤਦਾ। ਕੋਈ ਥਾਂ ਐਸੀ ਨਹੀਂ ਜਿੱਥੇ ਨਾਮ ਨਹੀਂ ਵਰਤਦਾ ਹੁੰਦਾ, ਕਿਉਂਕਿ ਜੇਤਾ ਕੀਤਾ ਤੇਤਾ ਨਾਉਂ ਅਸੀਂ ਬਾਣੀ 'ਚ ਪੜ੍ਹਨੇ, ਨਾਮ ਕੇ ਧਾਰੇ ਖੰਡ ਬ੍ਰਹਿਮੰਡ ਪੜ੍ਹਨੇ, ਇਹ ਸਭ ਕੁਝ ਬਾਣੀ ਨੇ ਕਿਹਾ। ਸਿਰਫ ਇਹ ਪੰਜਾਂ 'ਤੇ ਮੈਂ ਇੱਕ ਇੱਕ ਮਿੰਟ ਦੋ ਦੋ ਮਿੰਟ ਲਾ ਦਿੰਦਾ। ਸਭ ਤੋਂ ਪਹਿਲਾਂ ਜਪ, ਅਸੀਂ ਬੜੀ ਵਾਰੀ ਇਹਦੀ ਗੱਲ ਕੀਤੀ ਕਿ ਇਹ ਜਿਹੜਾ ਜਪ ਹੈ ਇਹਦਾ ਸੰਬੰਧ ਹੈ ਰਸਨਾ ਨਾਲ। ਜਦੋਂ ਆਪਾਂ ਜ਼ਬਾਨ ਨਾਲ ਇੰਨਾ ਕੁ ਬੋਲੀਏ ਸਾਡੇ ਕੰਨਾਂ ਨੂੰ ਸੁਣਾਈ ਦਾ ਹੈ। ਅਤੇ ਉਸ ਵਾਰ ਮੈਂ ਇੱਕ ਵਾਰ ਕਿਹਾ ਸੀ ਇਹ ਇਸ ਕਰਕੇ ਜਪਿਆ ਜਾਣਾ ਜਪ ਸਿਮਰਨ ਬਣ ਜਾਏ। ਭਾਵੇਂ ਅਸੀਂ ਸਾਰੇ ਲਫ਼ਜ਼ ਕਹਿੰਦੇ ਹਾਂ ਉਹ ਆਪਾਂ ਬੋਲ ਕੇ ਸਿਮਰਨ ਕਰ ਲਈਏ, ਠੀਕ ਹੈ ਕਿ ਜਪ ਅਤੇ ਸਿਮਰਨ 'ਚ ਥੋੜ੍ਹਾ ਜਿਹਾ ਫਰਕ ਇਹ ਵੇ ਕਿ ਜਦੋਂ ਜਪ ਮੁਕੰਮਲ ਹੁੰਦਾ ਸਿਮਰਨ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਸਿਮਰਨ ਤਾਂ ਇੱਕ ਨਿਰੰਤਰ ਯਾਦ ਹੈ, ਸਿਮਰਨ ਨੂੰ ਜ਼ਬਾਨ ਦੀ ਲੋੜ ਨਹੀਂ ਰਹਿੰਦੀ।
ਸਿਮਰਨ ਨੂੰ ਵਾਜੇ ਤਬਲੇ ਦੀ ਲੋੜ ਨਹੀਂ ਲੈਂਦੀ। ਸਿਮਰਨ ਤਾਂ ਨਿਰੰਤਰ ਉਸ ਜਪ 'ਚੋਂ ਨਿਕਲੀ ਕੋਈ ਯਾਦ, ਪਰਿਪੂਰਨ ਪਰਮਾਤਮਾ ਦੀ ਸਭ ਤੋਂ ਪਹਿਲਾਂ ਬੇਨਤੀ ਕਿ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਿਹਾ ਵੀ ਜਪ, ਜਪ ਦਾ ਸੰਬੰਧ ਸਾਡੀ ਰਸਨਾ ਦੇ ਨਾਲ ਕਹਿ, ਜ਼ਬਾਨ ਦੇ ਨਾਲ ਕਹਿ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਵਾਰ ਵਾਰ ਕਿਹਾ ਕਿ ਰਸਨਾ ਜਪੀਐ ਏਕ ਨਾਮ, ਇਆਂ ਸੁੱਖ ਆਨੰਦ ਘਣਾ ਆਗੈ ਜੀ ਕਹਿ ਸੰਗ ਕਾਮ। ਇਹ ਜਪ ਜਿਹੜਾ ਹੈ ਸਾਡੇ ਅੰਦਰ ਨੂੰ, ਸਾਡੇ ਹਿਰਦੇ ਨੂੰ ਇਹ ਸਪਰਸ਼ ਕਰਦਾ ਹੈ। ਇਹ ਜਪ ਤੁਰ ਅੰਦਰ ਫਿਰ ਜ਼ਬਾਨ ਤੋਂ ਬਿਨਾਂ ਵੀ ਜਪੀਂਦਾ ਹੈ। ਇਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਵਿਨ ਜੇਵਾ ਜੋ ਜਪੈ ਹਿਆਏ, ਕੋਈ ਜਾਣੈ ਕੈਸਾਨਾ। ਜ਼ਬਾਨ ਤੋਂ ਬਿਨਾਂ ਉਹਨੂੰ ਹਿਰਦੇ ਦਾ ਸਿਮਰਨ ਵੀ ਕਹਿੰਦੇ ਆ। ਤੀਸਰਾ ਹੈ ਜੀ, ਇਹ ਜਪ ਪੂਰੇ ਸਰੀਰ ਦੇ ਵਿੱਚ ਆਪਣੇ ਆਪ ਰਸ ਜਾਂਦਾ ਹੈ, ਸਪਰਸ਼ ਕਰਦਾ ਅੰਦਰ ਨੂੰ। ਕਈ ਵਾਰੀ ਮਨ ਚ ਆਉਂਦਾ ਵੀ ਜ਼ਬਾਨ ਦਾ ਜਪਿਆ ਪੂਰੇ ਸਰੀਰ 'ਚ ਕਿਵੇਂ ਰਸ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਉਦਾਹਰਨ ਵੀ ਦਿੰਦੇ ਆ ਬਾਣੀ 'ਚ, ਅਤੇ ਦਾਸ ਕਹਿੰਦਾ ਹੁੰਦਾ ਕਿ ਰੁੱਖ ਦੇ ਜੜ੍ਹ 'ਚ ਪਾਣੀ ਪਾ ਦਿਓ ਅਤੇ ਪਾਣੀ ਦਾ ਰਸਨਾ ਆਪਣੇ ਆਪ ਹੀ ਕੁਦਰਤੀ ਤੌਰ 'ਤੇ ਚੱਲੀ ਜਾਂਦਾ। ਰੁੱਖ ਦੀ ਜੜ੍ਹ ਵਿੱਚ ਪਾਣੀ ਹੋਵੇਗਾ, ਪੱਤੇ ਫੁੱਲ ਫਲ ਸਾਰੀਆਂ ਥਾਵਾਂ 'ਤੇ ਪਾਣੀ ਆਪਣੇ ਆਪ ਪਹੁੰਚ ਜਾਂਦਾ। ਗੁਰਮੁਖੋ, ਜਿਹਦੀ ਰਸਨਾ ਦੀ ਜੜ੍ਹ 'ਤੇ ਨਾਮ ਬਹਿ ਜਾਂਦਾ ਉਹਦੇ ਪੂਰੇ ਸਰੀਰ ਵਿੱਚ ਨਾਮ ਆਪਣੇ ਆਪ ਰਾਜ ਜਾਂਦਾ। ਇਹ ਆਪਣੇ ਆਪ ਮੈਂ ਸ਼ਬਦ ਵਰਤਿਆ, ਇਹਦੇ ਵਿੱਚ ਮਿਹਨਤ ਨਹੀਂ, ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਚੱਲਦਾ ਜੀ। ਰੁੱਖ ਦੀ ਜੜ੍ਹ ਦਾ ਪਾਣੀ ਸੱਚ ਇਵੇਂ ਪੂਰੇ ਰੁੱਖ ਵਿੱਚ ਸਮਾ ਜਾਂਦਾ, ਜ਼ਬਾਨ 'ਤੇ ਟਿਕਿਆ ਹੋਇਆ ਨਾਮ ਪੂਰੇ ਸਰੀਰ ਵਿੱਚ ਰੱਜ ਜਾਂਦਾ। ਇਸ ਤਰ੍ਹਾਂ ਜਿਵੇਂ ਮੁੱਖ ਨਾਲ ਖਾਧਾ ਹੋਇਆ ਭੋਜਨ, ਦੰਦ ਨਾਲ ਚਬਾਇਆ ਹੋਇਆ ਭੋਜਨ, ਸਾਨੂੰ ਸਿਰਫ ਭੋਜਨ ਖਾਣ ਵੇਲੇ ਪਤਾ ਹੈ, ਉਸ ਤੋਂ ਬਾਅਦ ਆਪਣੇ ਆਪ ਸਾਰੀਆਂ ਨਸਾਂ ਵਿੱਚ ਰੱਜਦਾ। ਜਦੋਂ ਸਿੱਖ ਅਭਿਆਸ ਕਰਦਾ, ਜਿੰਨੀ ਦੇਰ ਤੱਕ ਜਪਦਾ ਓਨੀ ਦੇਰ ਤੱਕ ਪਤਾ ਹੈ, ਉਸ ਤੋਂ ਬਾਅਦ ਨਾਮ ਆਪਣੇ ਆਪ ਹੀ ਇਹਦੇ ਪੂਰੇ ਸਰੀਰ ਦੇ ਵਿੱਚ ਆਪਣੇ ਆਪ ਰੱਜ ਜਾਂਦਾ। ਫਿਰ ਬੇਨਤੀ ਕਰਾਂਗਾ, ਇਹਨੂੰ ਗੁਰੂ ਸਾਹਿਬ ਨੇ ਕਿਹਾ ਫਿਰ ਜਦੋਂ ਰਚਦਾ ਹੈ ਇਸ ਦੇ ਰੋਮ ਰੋਮ ਵਿੱਚ, ਸੱਚ ਇਹ ਵੇ ਆਪ ਨਾਮ ਦੀ ਆਵਾਜ਼ ਹੈ। ਇਹ ਰੋਮ ਜੇ ਕੱਟਣ ਤੋਂ ਸਾਨੂੰ ਰੋਕਿਆ, ਭਾਈ ਸਾਹਿਬ ਨੇ ਕਿਹਾ ਅੰਮ੍ਰਿਤ ਦੀ ਗੱਲ ਕੀਤੀ, ਇਹਨੂੰ ਐਵੇਂ ਨਾ ਸਮਝਿਓ ਵੀ ਇੱਕ ਸਿੱਖਾਂ ਨੂੰ ਕਿਉਂ ਕਿਹਾ। ਸਿੱਖ ਦਾ ਜੀਵਨ ਤਾਂ ਆਤਮਿਕ ਜੀਵਨ ਹੈ। ਹੁਣ ਇਹ ਜਿੰਨੇ ਰੋਮ ਨੇ, ਜਦੋਂ ਸ਼ਬਦ ਦਾ ਅਭਿਆਸੀ ਕਮਾਈ ਕਰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਗੁਰਮੁਖ ਰੋਮ ਰੋਮ ਹਰ ਧਿਆਵੈ, ਇਸ ਦੇ ਰੋਮ ਰੋਮ ਦੇ ਇੱਕ ਇੱਕ ਸੁਰਾਖ ਵਿੱਚੋਂ ਨਾਮ ਦੀ ਕਿਰਪਾ ਵਰਤਦੀ ਹੈ, ਕਿਉਂਕਿ ਉਹ ਬਾਡੀ ਵਿੱਚ ਨਾਮ ਚੱਲ ਰਿਹਾ ਹੈ। ਇਸ ਅਵਸਥਾ ਨੂੰ ਸਤਿਗੁਰੂ ਨੇ ਬਾਣੀ 'ਚ ਇੱਕ ਸ਼ਬਦ ਕਿਹਾ, ਪੌੜੀ ਹੈ ਇੱਕ ਦੂਜੀਬੋ, ਲੱਖ ਹੋਵੇ ਲੱਖ ਹੋਵੇ ਲਖਵੀਸ। ਹੁਣ ਭਾਵਾਂ ਕਿ ਮੈਨੂੰ ਦੁੱਖ ਲੱਗਾ, ਕਈ ਟੀਕਾਕਾਰਾਂ ਕਿਹਾ ਇੰਨਾ ਵੀ ਜਪ ਲਓ ਤਾਂ ਵੀ ਗੱਲ ਨਹੀਂ ਬਣਨੀ, ਉਹਦੇ 'ਚ ਨੰਨਾ ਅੱਖਰ ਤਾਂ ਆਇਆ ਹੀ ਨਹੀਂ। ਇੱਕ ਦੂਜੀਬੋ, ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪੌੜੀਆਂ ਚੜ੍ਹੀਆ ਹੋਏ ਇੱਕੀਸ। ਹੁਣ ਬੇਨਤੀ ਹੈ ਕਿ ਇੱਕ ਤੋਂ ਲੱਖ, ਲੱਖ ਤੋਂ 20 ਲੱਖ, ਅਤੇ ਇੱਕ ਜੀਵ ਲੱਖ ਲੱਖ ਗੇੜਾ ਲੱਖ ਲੱਖ ਵਾਰੀ ਪਰਮਾਤਮਾ ਕਹੇ ਆਪਾਂ ਕਹਾਂਗੇ ਹੋ ਸਕਦਾ? ਫਿਰ ਇਹਦੇ 'ਚ ਤਾਂ ਸ਼ਬਦ ਨਹੀਂ ਆਇਆ ਵੀ ਇੰਨਾ ਵੀ ਜਪ ਲੈ ਅਤੇ ਤਾਂ ਨਹੀਂ ਮਿਲੇ। ਉੱਥੇ ਤਾਂ ਕਿਹਾ ਕਿ ਇਹ ਤਰ੍ਹਾਂ ਪਤ ਪੌੜੀਆਂ ਚੜ੍ਹੀਆ ਹੋਏ 21, ਇੱਕਮਿਕ ਹੋ ਜਾਏਗਾ। ਹੁਣ ਚੜ੍ਹੀਆ ਹੋਏ 21 ਨੂੰ ਆਪਾਂ ਇਹ ਅਰਥ ਗਲਤ ਕਰੀ ਜਾਈਏ ਵੀ ਇੰਨਾ ਵੀ ਜਪ ਲਓ ਤਾਂ ਵੀ ਗੱਲ ਕੋਈ ਨਹੀਂ ਬਣਨੀ। ਉੱਥੇ ਪੌੜੀਆਂ ਦੱਸੀਆਂ ਨੇ, ਸਟੈਪ ਦੱਸੇ ਆ, ਇਹ ਨਹੀਂ ਦੱਸਿਆ ਵੀ ਇਹਦੇ ਨਾਲ ਪ੍ਰਾਪਤੀ ਨਹੀਂ ਹੋਣੀ। ਇਹਦੇ ਅਰਥ ਗੁਰਮੁਖ ਕਰਦੇ ਸਨ ਕਿ ਅਸਲ 'ਚ ਜਦੋਂ ਸ਼ਬਦ ਅੰਦਰ ਆਪਣਾ ਕੰਮ ਕਰਦਾ, ਦਿਨ ਰਾਤ ਅੰਦਰ ਵਰਦਾ, ਰੋਮ ਰੋਮ ਦੀ ਅਵਸਥਾ ਨੂੰ ਗੁਰਦੇਵ ਨੇ ਇੱਥੇ ਇੱਕ ਦੂਜੀਬੋ ਲੱਖ ਹੋ ਗਿਆ ਹੈ ਕਿ ਇੱਕ ਜੀਵ ਤੋਂ ਲੱਖ, ਲੱਖ ਤੋਂ 20 ਲੱਖ, ਇਹਦਾ ਮਤਲਬ ਅਣਗਿਣਤ ਰੋਮ ਰੋਮ ਵਿੱਚ ਪਰਮਾਤਮਾ ਦੇ ਨਾਦ, ਉਹਦਾ ਸ਼ਬਦ ਆਪ ਵਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਕੇ ਵੀ ਦਾਤ ਮੰਗੀ। ਦਾਸ ਨੇ ਇੱਕ ਵਾਰ ਸ਼ਾਇਦ ਇੱਥੇ ਅਰਜ਼ ਕੀਤੀ ਸੀ ਜ਼ਿੰਦਗੀ ਨਾਮਾ, ਚਲੋ ਹੁਣ ਤਾਂ ਪੰਜਾਬੀ ਵਿੱਚ ਹੈ, ਸਾਨੂੰ ਉਹਦੇ ਅਰਥ ਸਭ ਕੁਝ ਪੜ੍ਹਨ ਨੂੰ ਮਿਲ ਜਾਂਦੇ ਨੇ।
ਉਸ ਵਿੱਚ ਉਹਨਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚੋਂ ਆਤਮਕ ਜੀਵਨ ਲਈ ਹੈ ਤਾਂ ਸਾਰਾ ਪ੍ਰੇਮਾ ਭਗਤੀ ਜੀ ਉਸ ਆਤਮਕ ਜੀਵਨ ਲਈ ਦਾਤ ਮੰਗੀ ਸੀ ਕਿ ਸਤਿਗੁਰੂ ਕਿਰਪਾ ਕਰੋ, ਇੱਕ ਤਾਂ ਮੇਰੀਆਂ ਅੱਖਾਂ ਵਿੱਚ ਤੁਸੀਂ ਆਪਣਾ ਨਿਵਾਸ ਕਰ ਲਵੋ। ਇਹ ਇਕੱਲੀ ਉਹਦੀ ਸ਼ਾਇਰੀ ਨਹੀਂ, ਉਹਦੀ ਭਗਤੀ ਹੈ ਗੁਰੂ ਪ੍ਰਤੀ। ਮੇਰੀਆਂ ਅੱਖਾਂ 'ਚ ਆਪਣਾ ਨਿਵਾਸ ਕਰੋ, ਮੈਂ ਜਿੱਧਰ ਵੀ ਦੇਖਾਂ ਨੰਦ ਲਾਲ ਦੀਆਂ ਅੱਖਾਂ 'ਚੋਂ ਕੇਵਲ ਗੁਰੂ ਗੋਬਿੰਦ ਸਿੰਘ ਦੀ ਹੀ ਝਲਕ ਪਵੇ। ਦੂਜਾ, ਮੇਰੇ ਵਿਛੋੜੇ ਨੂੰ ਤੁਸੀਂ ਬਦਲ ਕੇ ਮਿਲਾਪ ਵਿੱਚ ਮਿਲਾ ਦਿਓ। ਤੀਸਰਾ, ਮੇਰੇ ਅੰਦਰ ਸੁੱਕੇ ਹੋਏ ਮਾਰੂ ਥਲ ਨੂੰ ਤੁਸੀਂ ਬੰਦਗੀ ਦੀ ਬਸੰਤ ਪੈਦਾ ਕਰ ਦਿਓ। ਤੀਸਰਾ, ਮੈਨੂੰ ਆਪਣੇ ਸੀਨੇ ਦੇ ਖਜ਼ਾਨੇ ਦਾ ਭੇਦ ਦੇ ਦੇ, ਅਤੇ ਨਾਲ ਸ਼ਬਦ ਕਿਹਾ ਜਿੰਨੀਆਂ ਮੇਰੇ ਸਰੀਰ ਦੇ ਰੋਮ ਨੇ ਇੱਕ ਇੱਕ ਰੋਮ ਨੂੰ ਜ਼ਬਾਨ ਬਣਾ ਦਿਓ ਤਾਂ ਜੋ ਮੈਂ ਰੋਮ ਰੋਮ ਕਰਕੇ ਤੇਰੀ ਇਬਾਦਤ ਕਰ ਸਕਾਂ। ਉਸ ਵਿੱਚ ਉਹਨਾਂ ਨੇ ਇਹ ਦਾਤ ਮੰਗੀ ਹੈ ਜੀ, ਉਹਨਾਂ ਦੇ ਬਚਨ ਨੇ ਕਿ ਦੀਦਾ ਅਮਰਾ ਲਜ਼ ਤੇ ਦੀਦਾਰ ਬਖਸ਼, ਸੀਨਾ ਅਮਰਾ ਮਕਸ਼ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਂਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ, ਖਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮਯੂਮ ਜ਼ੁਬਾ ਕੁਨ ਅਜ਼ ਕਰਮ, ਤਾਂ ਬਗੋਇਓ ਵਸਬ ਹਾਕਰਾ ਦੰਬ ਦਮ, ਜਿੰਨੇ ਤੈਨੂੰ ਸਰੀਰ ਦੇ ਮੂਵੇ ਦਾ ਅਰਥ ਕੇਸ, ਜਿੰਨੇ ਮੇਰੇ ਕੇਸ ਨੇ ਕਿਰਪਾ ਕਰੋ ਇਹ ਸਾਰੇ ਕੇਸ ਆਪਣੀ ਇਬਾਦਤ ਆਪਣੀ ਬੰਦਗੀ ਕਰਨ ਵਾਸਤੇ ਰੋਮ ਰੋਮ ਵਿੱਚ ਜ਼ਬਾਨ ਪੈਦਾ ਕਰ ਦਿਓ। ਮੈਂ ਬੇਨਤੀ ਕਰਾਂਗਾ, ਜਦੋਂ ਇਹ ਸ਼ਬਦ ਰੋਮ ਰੋਮ 'ਚ ਰਚਦਾ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਸ ਤੋਂ ਅੱਗੇ ਜੋ ਅਸੀਂ ਬਾਹਰ ਦੇਖਦੇ ਹਾਂ ਕੋਈ ਚੀਜ਼ ਫਿਰ ਨਾਮ ਜਪਣ ਵਾਲੇ ਵਾਸਤੇ ਨਾਮੀ ਤੋਂ ਖਾਲੀ, ਨਾਮ ਤੋਂ ਖਾਲੀ ਨਹੀਂ। ਇਹਨੂੰ ਸਤਿਗੁਰੂ ਨੇ ਕਿਹਾ ਕਿ ਜੋ ਬੋਲਤਾ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪ ਦਿਖੈ ਨਿਖੋਰ। ਕਹਿੰਦੇ ਨੇ ਮੱਛੀਆਂ ਬੋਲਦੀਆਂ, ਪੰਛੀ ਬੋਲਦੇ, ਪਸ਼ੂ ਬੋਲਦੇ, ਨਾਮ ਤੋਂ ਬਿਨਾਂ ਕੋਈ ਨਹੀਂ ਬੋਲ ਰਿਹਾ ਹੋਰ ਕੋਈ। ਇਸੇ ਨੂੰ ਸਤਿਗੁਰੂ ਨੇ ਆਪਣੀ ਰਚਨਾ 'ਚ ਕਿਹਾ ਜ਼ਮੀ ਤੁਹੀਂ, ਜ਼ਮਾਂ ਤੁਹੀਂ, ਮਕੀ ਤੁਹੀਂ, ਮਕਾ ਤੁਹੀਂ, ਅਪੂ ਤੁਹੀਂ, ਅਪੈ ਤੁਹੀਂ, ਅਛੂ ਤੁਹੀਂ, ਅਛੈ ਤੁਹੀਂ, ਜਤਸ ਤੁਹੀਂ, ਬ੍ਰਤਸ ਤੁਹੀਂ, ਗਤਸ ਤੁਹੀਂ, ਮਤਸ ਤੁਹੀਂ, ਲਗਾਤਾਰ ਤੁਹੀਂ ਤੁਹੀਂ ਕਿਹਾ। ਉਹ ਐਵੇਂ ਨਹੀਂ ਕੋਈ ਸ਼ਾਇਰੀ ਨਹੀਂ, ਜੋ ਉਹ ਅਵਸਥਾ 'ਚ ਉਹ ਸਤਿਗੁਰੂ ਨੇ ਬਾਣੀ ਵਿੱਚ ਕਹੀ। ਮੈਂ ਬੇਨਤੀ ਕਰਾਂਗਾ ਹਿਰਦੇ ਦੀ ਧੁਨ ਜਦੋਂ ਅੰਦਰ ਨਾਮ ਸੁਣਾਈ ਦੇਣ ਲੱਗ ਪਏ, ਹੁਣ ਚੌਥੀ ਲਾਮ 'ਚ ਸਤਿਗੁਰੂ ਨੇ ਕਿਰਪਾ ਕੀਤੀ। ਇਹ ਮੁਕੰਮਲਤਾ ਹੈ ਜੀ ਚੌਥੀ ਲਾਮ। ਚੌਥੀ ਲਾਮ ਤੋਂ ਬਿਨਾਂ ਨਾ ਬੱਚਾ ਕੰਤ ਬਣ ਸਕਦਾ ਹੈ ਅਤੇ ਨਾ ਬੱਚੀ ਸੁਹਾਗਣ ਬਣ ਸਕਦੀ ਹੈ। ਇੱਕ ਲਾਮ ਪੜ੍ਹ ਕੇ ਨਹੀਂ, ਦੋ ਲਾਮ ਪੜ੍ਹ ਕੇ ਨਹੀਂ। ਇਸ ਲਈ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਜਿਵੇਂ ਬੱਚੀ ਲਾਵਾਂ ਲੈਂਦੀ ਹੈ, ਕਦੀ ਕੋਈ ਵਾਹਿਗੁਰੂ ਮਿਹਰ ਕਰੇ ਇੱਕ ਲਾਮ ਤੋਂ ਬਾਅਦ ਕੋਈ ਕਹਿ ਸਕਦੀ ਮੈਂ ਸੁਹਾਗਣ ਬਣ ਗਈ, ਮਨੁੱਖ ਕਹਿ ਸਕਦਾ ਮੈਂ ਕੰਤ ਬਣ ਗਿਆ। ਜਦੋਂ ਚਾਰ ਲਾਵਾਂ ਮੁਕੰਮਲ ਹੋ ਜਾਂਦੀਆਂ ਨੇ, ਫੇਰੇ ਚਾਰ ਹੋ ਜਾਂਦੇ ਨੇ, ਕੀਰਤਨ ਹੋ ਜਾਂਦਾ, ਅਤੇ ਅਸੀਂ ਸੰਗਤ ਵਿੱਚ ਬੈਠੇ ਵੀ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਪੈਂਦੇ ਹਾਂ, ਪਹਿਲੀ ਲਾਮ 'ਚ ਨਹੀਂ ਦਿੰਦੇ, ਦੂਜੀ 'ਚ ਨਹੀਂ ਦਿੰਦੇ। ਚੌਥੀ ਲਾਮ ਹੀ ਵਧਾਈ ਹੈ, ਚੌਥੀ ਲਾਮ ਹੀ ਮੁਕੰਮਲਤਾ ਹੈ। ਇਹ ਤਾਂ ਸਤਿਗੁਰੂ ਨੇ ਜਿਹੜਾ ਸ਼ਬਦ ਵਰਤਿਆ ਹਰ ਪਾਇਆ ਬਲਰਾਮ ਜੀਓ, ਗੁਰਮੁਖੋ ਚੌਥੀ ਲਾਮ ਉਹ ਪੜਾਂਖ ਹੈ ਜਿੱਥੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਹੁਣ ਇੱਥੇ ਜਿਹੜੀ ਅਵਸਥਾ ਮਹਾਰਾਜ ਜੀ ਨੇ ਸ਼ਬਦ ਵਰਤਿਆ ਉਹ ਸਹਿਜ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਹਿਜ ਦੇ ਅਰਥ ਬਹੁਤ ਨੇ ਜੀ। ਸਹਿਜ ਦਾ ਅਰਥ ਸੁਭਾਅ ਵੀ ਹੈ, ਸਹਿਜ ਦਾ ਅਰਥ ਆਤਮਕ ਅਵਸਥਾ ਵੀ ਹੈ, ਸਹਿਜ ਦਾ ਅਰਥ ਦੇਰੀ ਵੀ ਹੈ। ਪਰ ਇੱਥੇ ਜਿਹੜਾ ਲਫ਼ਜ਼ ਸਹਿਜ, ਪਹਿਲੀ ਗੱਲ ਸਹਿਜ ਦੇ ਅਰਥ ਕੀ? ਅਸੀਂ ਸਹਿਜ ਦੇ ਅਰਥ ਆਹਿਸਤਾ ਕਰਨੇ ਹਾਂ, ਧੀਰੇ ਕਰਨੇ ਹਾਂ। ਇਹਦਾ ਪਿਛੋਕੜ ਸਹਿਜ ਲਫ਼ਜ਼ ਦਾ ਸੰਸਕ੍ਰਿਤ ਵਿੱਚੋਂ ਵੇ ਜੀ। ਇਹਦੇ ਬਾਰੇ ਵਿਦਵਾਨ ਕਹਿੰਦੇ ਨੇ ਸਹਿ ਸੱਸਾ ਹਾ ਵੱਖਰਾ ਅਤੇ ਜੱਜਾ ਵੱਖਰਾ। ਸਹਿਜ ਦਾ ਅਰਥ ਹੈ ਜਿਹੜਾ ਜਨਮ ਤੋਂ ਨਾਲ ਆਇਆ ਹੈ। ਫਿਰ ਬੇਨਤੀ ਸੁਣਿਓ, ਸਹਿ ਦਾ ਅਰਥ ਨਾਲ ਅਤੇ ਜੱਜੇ ਦਾ ਅਰਥ ਜਨਮ।
ਸਹਿਜ ਦਾ ਅਰਥ ਹੈ ਜਿਹੜਾ ਜਨਮ ਤੋਂ ਹੀ ਸਾਡੇ ਨਾਲ ਆਇਆ ਹੈ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਇਹ ਸਹਿਜ ਹੈ। ਉਂਝ ਗੁਰਮਤ ਵਿੱਚ ਯਾਦ ਰੱਖਿਓ, ਸਹਿਜ ਯੋਗ ਅਤੇ ਹੱਠ ਯੋਗ ਦੋ ਨੇ, ਇੱਕ ਰਾਜ ਯੋਗ ਵੀ ਇੱਕ ਸਹਿਜ ਯੋਗ ਵੀ ਹੈ। ਗੁਰੂ ਨਾਨਕ ਸਾਹਿਬ ਲਈ ਦੋਨੋਂ ਸ਼ਬਦ ਭੱਟਾ ਨੇ ਵਰਤੇ ਨੇ, ਰਾਜ ਯੋਗ ਮਾਣਿਓ ਵੀ ਹੈ ਅਤੇ ਸਹਿਜ ਯੋਗ ਵੀ ਗੁਰਦੇਵ ਨੇ ਕਿਹਾ ਹੈ। ਜਦੋਂ ਅਸੀਂ ਸਹਿਜ ਬਾਰੇ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹਦੇ ਹਾਂ, ਹੁਣ ਮੈਂ ਇਹਨੂੰ ਯੋਗ ਮਤ ਨਾਲ ਆਪਾਂ ਕੋਈ ਵਿਆਖਿਆ ਨਹੀਂ ਕਰਨੀ, ਸਹਿਜ ਅਵਸਥਾ ਇੱਕ ਉਹ ਆਤਮਕ ਅਵਸਥਾ ਹੈ ਪਿਆਰਿਓ, ਸਹਿਜ ਹੈ ਹੀ ਅਭੇਦਤਾ, ਸਹਿਜ ਹੈ ਹੀ ਮਿਲਾਪ, ਸਹਿਜ ਇੱਕ ਉਹ ਅਵਸਥਾ ਹੈ ਜਿੱਥੇ ਗ੍ਰਿਸ਼ਤੀ ਦੇ ਸਾਹਮਣੇ ਬਾਹਰੋਂ ਬਹੁਤ ਕੁਝ ਵਾਪਰਦਾ ਹੈ, ਉਹ ਸਭ ਕੁਝ ਹਟਾ ਕੇ ਵੀ ਉਹਦਾ ਅੰਦਰ ਕਦੀ ਪਰਮਾਤਮਾ ਤੋਂ ਵੱਖ ਨਹੀਂ ਹੁੰਦਾ। ਆਓ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ 'ਚੋਂ ਉਸ ਅਵਸਥਾ ਬਾਰੇ, ਮੈਂ ਤਾਂ ਬੇਨਤੀ ਕੀਤੀ, ਮੈਂ ਕਥਾ ਸਿਰਫ ਕਰ ਰਿਹਾ, ਇਹਨਾਂ ਅਵਸਥਾ ਨੂੰ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ, ਐਵੇਂ ਪ੍ਰਮਾਣ ਸੁਣ ਕੇ ਨਾ ਕਿਉਂ ਵੀ ਅਵਸਥਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਸਹਿਜ ਇੱਕ ਉਹ ਪਰਮ ਅਵਸਥਾ ਹੈ ਜਿੱਥੇ ਇੰਦਰੀਆਂ ਦੀ ਭੁੱਖ ਸਦਾ ਲਈ ਲੈ ਹੋ ਜਾਂਦੀ ਹੈ। ਸਹਿਜ ਇੱਕ ਉਹ ਅਵਸਥਾ ਹੈ ਜਿੱਥੇ ਦੁੱਖ ਸੁੱਖ ਕੁਛ ਵੀ ਵਾਪਰਦਾ, ਉੱਥੇ ਇਨਸਾਨ ਦਾ ਅੰਦਰ ਕਦੀ ਡੋਲਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਸਹਿਜ ਬਾਰੇ ਗੁਰਦੇਵ ਨੇ, ਇੱਕ ਤਾਂ ਕਰਮਾਂ ਨਾਲ ਸਹਿਜ ਨਹੀਂ ਉਪਜਦਾ, ਇਹ ਕਿਰਪਾ ਨਾਲ ਪੈਦਾ ਹੁੰਦਾ, ਕਰਮੀ ਸਹਿਜ ਨਾ ਉਪਜੈ। ਅਸੀਂ ਪੜ੍ਹਦੇ ਹਾਂ ਕਰਮਾਂ ਨਾਲ ਸਹਿਜ ਨਹੀਂ ਪੈਦਾ ਹੁੰਦਾ, ਵਿਣ ਸਹਿਜੈ ਸਹਿਸਾ ਨਾ ਜਾਏ, ਜਿਹੜੇ ਅੰਦਰ ਦੇ ਸਹਿਸੇ ਨੂੰ ਸਹਿਜ ਤੋਂ ਬਿਨਾਂ ਨਹੀਂ ਜਾਂਦੇ। ਇਹਦੇ ਵਿੱਚ ਇੱਕ ਬਚਨ ਹੈ, ਸਹਿਸੇ ਜਿਉ ਮਲੀਨ ਕਹਿ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰਸ਼ੋਂ ਰਹੋ ਚਿੱਤ ਲਾਏ। ਮੇਰੀ ਬੇਨਤੀ ਹੈ ਕਿ ਸਹਿਜ ਇਕੱਲਾ ਕਰਮਾਂ ਨਾਲ ਕਰਮ ਕਾਂਡਾਂ ਨਾਲ ਨਹੀਂ ਉਪਜਦਾ, ਸਹਿਜ ਤਾਂ ਸੱਚਮੁੱਚ ਸ਼ਬਦ ਵੀ ਜਦੋਂ ਲਾਉਂਦੇ ਹਾਂ ਤਾਂ ਸਹਿਜ ਹੈ ਹੀ ਉਹ ਜਿੱਥੇ ਹਰ ਤਰ੍ਹਾਂ ਦੀ ਮਲੀਨਤਾ ਮੁੱਕ ਜਾਂਦੀ ਹੈ। ਆਓ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ 'ਚ ਦੇਖੀਏ, ਇੱਕ ਤਾਂ ਸ਼ਬਦ ਹੁੰਦਾ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਗੁਰਮੁਖ ਦੇ ਅੰਦਰ ਸਹਿਜ ਅਵਸਥਾ ਹੈ। ਦਸਵੇਂ ਆਕਾਸ਼, ਮੈਂ ਉਸ ਦਿਨ ਵੀ ਕਿਹਾ ਸੀ ਕਿ ਦਸਮ ਦੁਆਰ ਨੂੰ ਗੁਰੂ ਗ੍ਰੰਥ ਸਾਹਿਬ ਮੰਨਦੇ ਨੇ ਪਰ ਹੱਟ ਰਾਹੀਂ ਨਹੀਂ, ਗੁਰੂ ਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਾਂ ਮੈਂ ਸ਼ੁਰੂਆਤ 'ਚ ਕਿਰਪਾ ਗੁਰਪ੍ਰਸਾਦ ਦਾ ਜ਼ਿਕਰ ਕੀਤਾ, ਗੁਰਮੁਖ ਅੰਤਰ ਸਹਿਜ ਕਹਿ ਮਨ ਚੜ੍ਹਿਆ ਦਸਵੇਂ ਆਕਾਸ਼। ਮਹਾਰਾਜ ਕਹਿੰਦੇ ਤਿੱਥ ਹੈ ਓਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ, ਉੱਥ ਹੈ ਤਿੱਥ ਹੈ ਓਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਬੇਨਤੀ, ਆਤਮ ਰਾਮ ਪ੍ਰਗਾਸ ਚੜ੍ਹਿਆ ਦਸਵੇਂ ਆਕਾਸ਼, ਗੁਰਮੁਖ ਅੰਤਰ ਸਹਿਜ ਹੈ, ਇਹਦਾ ਮਤਲਬ ਇਹ ਸ਼ਬਦ ਕਹਿ ਰਿਹਾ ਕਿ ਗੁਰਮੁਖ ਦੇ ਸਹਿਜ ਦੀ ਅਵਸਥਾ ਉਹ ਵੇ ਜਿੱਥੇ ਆਤਮਕ ਪ੍ਰਗਾਸ਼ ਹੈ ਅਤੇ ਉੱਥੇ ਭੁੱਖ ਵੀ ਮਰ ਜਾਂਦੀ ਏ, ਨੀਂਦ ਵੀ ਮਰ ਜਾਂਦੀ ਏ, ਉੱਥੇ ਦੁੱਖ ਅਤੇ ਸੁੱਖ ਵੀ ਬੰਦੇ ਜ਼ਿੰਦਗੀ 'ਚ ਅਸਰ ਨਹੀਂ ਕਰਦਾ। ਸਾਡਾ ਘਰ ਤਾਂ ਗੁਰਸਿੱਖੀ ਤਾਂ ਭਰੀ ਪਈ ਹੈ ਪਿਆਰਿਓ ਇਸ ਅਵਸਥਾ ਵਾਲਿਆਂ ਨਾਲ। ਆ ਗੁਰੂ ਅਰਜਨ ਦੇਵ ਦੀ ਸ਼ਹਾਦਤ ਬਾਰੇ ਠੀਕ ਹੈ, ਭਾਈ ਗੁਰਦਾਸ ਸਾਹਿਬ ਨੇ ਰਮਜ ਭਰੇ ਸ਼ਬਦ ਵਰਤੇ ਆ ਜੀ, ਉਹਨਾਂ ਸ਼ਬਦਾਂ ਵਿੱਚ ਜਿਹੜਾ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਸੁਰਤ ਸ਼ਬਦ ਲਈ ਵੀਰ ਜਿਉਂ ਭੀੜ ਪਈ ਚਿੱਤ ਅਵਰ ਨਾ ਜਾਣੀ, ਉਹਦੇ ਸਾਰਾ ਜ਼ਿਕਰ ਕਰਕੇ ਉਹਦੇ ਅਖੀਰ 'ਤੇ ਗੁਰਮੁਖ ਸੁਖ ਪਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਚਲੋ ਅਸੀਂ ਬੜੀ ਵਾਰੀ ਇਹ ਸਾਰੀ ਪੌੜੀ ਪੜ੍ਹੀ, ਇਹ 'ਚ ਪੰਜ ਜਿਹੜੀਆਂ ਉਦਾਹਰਨਾਂ ਦਿੱਤੀਆਂ ਨੇ ਕਿ ਮੱਛੀ ਪਾਣੀ 'ਚ ਰਹਿਣ ਵਾਲੀ ਅਵਸਥਾ, ਮਿਰਗ ਅਤੇ ਤੀਰ ਨਾਲ ਵਾਰ ਕਰੋ ਉਹ ਨਾਦ ਵੱਲ ਤੁਰਿਆ ਜਾਂਦਾ, ਮੈਂ ਉਦਾਹਰਨ ਦਿੱਤੀ ਕਿ ਫੁੱਲ ਵਿੱਚ ਭਵਰਾ ਸਮਾਈ ਜਾਂਦਾ, ਗੁਰਮੁਖੋ ਪਪੀਆ ਸਾਰੀ ਰਾਤ ਉੱਚੀ ਆਵਾਜ਼ਾਂ ਦਿੰਦਾ। ਗੁਰੂ ਅਰਜਨ ਦੇਵ ਦੀ ਸ਼ਹਾਦਤ ਵੇਲੇ ਇਹ ਪਰਮ ਅਵਸਥਾ ਸੀ ਜਿਹਨੂੰ ਭਾਈ ਸਾਹਿਬ ਨੇ ਕਿਹਾ ਕਿ ਮੁਸੀਬਤ ਆਈ ਮਿਰਗ ਦੀ ਤਰ੍ਹਾਂ, ਭਵਰੇ ਦੀ ਤਰ੍ਹਾਂ, ਮੱਛੀ ਦੀ ਤਰ੍ਹਾਂ। ਸੱਚ ਇਵੇਂ ਕਿ ਗੁਰੂ ਅਰਜਨ ਦੇਵ ਇੰਨਾ ਕੁਝ ਜਰਦੇ ਹੋਏ ਵੀ ਅੰਦਰੋਂ ਸਹਿਜ ਸਮਾਧੀ ਵਿੱਚ ਸੁੱਖ ਵਿੱਚ ਲੀਨ ਨੇ। ਇਕੱਲਾ ਸਤਿਗੁਰੂ ਦੇ ਘਰ 'ਚ ਇਸ ਤਰ੍ਹਾਂ ਨਹੀਂ, ਮੈਨੂੰ ਯਾਦ ਹੈ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲੇ, ਹੈ ਨਾ,
ਸ਼ਾਇਦ ਕੁਝ ਘਰ ਸੱਜਣਾਂ ਨੂੰ ਪਤਾ ਹੈ, ਇਹਨਾਂ ਨੂੰ ਖਾਲਸਾਈ ਫੌਜਾਂ ਨੇ ਮਾਰਿਆ ਸੀ। ਬਾਬਾ ਵੀਰ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ, ਲਫ਼ਜ਼ ਵਰਤਾਂ। ਉਹਨਾਂ ਦੇ ਸਥਾਨ 'ਤੇ ਲੰਗਰ ਬਹੁਤ ਪੱਕਦਾ ਸੀ, ਹਜ਼ਾਰਾਂ ਦੀ ਗਿਣਤੀ ਸੰਗਤਾਂ ਲੰਗਰ ਛਕਦੀਆਂ ਸਨ। ਅਤੇ ਜਦੋਂ ਬਾਬਾ ਜੀ ਦੇ ਸਥਾਨ 'ਤੇ ਹਮਲਾ ਕੀਤਾ, ਉਸ ਵਕਤ ਉਹਨਾਂ ਨੂੰ ਕਿਹਾ ਗਿਆ, ਸ਼ੇਰੇ ਪੰਜਾਬ ਦੇ ਬੱਚੇ ਕਵਰ ਕਸ਼ਮੀਰਾ ਸਿੰਘ ਹੋਣੀ, ਵੀ ਇਹ ਸਾਡੇ ਤੁਸੀਂ ਪੇਸ਼ ਕਰੋ, ਮੰਨੇ ਨਹੀਂ। ਪਰ ਜਦੋਂ ਸਵੇਰੇ ਹਮਲਾ ਹੋਣਾ ਸੀ ਫੌਜ ਦਾ, ਅਤੇ ਲੰਗਰ ਪਿੰਡ ਸੰਗਤਾਂ ਬੁਲਾ ਕੇ ਪਿੰਡਾਂ 'ਚੋਂ ਕਿਹਾ, ਲੰਗਰ ਤਿਆਰ ਕਰਿਓ, ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਸਹਿਜ ਇੱਕ ਅਵਸਥਾ ਹੈ ਗੁਰਮੁਖੋ। ਉਹਨਾਂ ਕਿਹਾ, ਮਹਾਰਾਜ ਫੌਜਾਂ ਚੜ੍ਹ ਕੇ ਆ ਰਹੀਆਂ ਨੇ, ਆਪਾਂ ਮੁਕਾਬਲਾ, ਕਹਿੰਦੇ ਨੇ ਕਿਹਨਾਂ ਦਾ ਮੁਕਾਬਲਾ ਕਰਾਂਗੇ, ਕੋਈ ਅੰਗਰੇਜ਼ ਕੋਈ ਦੂਜਾ ਚੜ੍ਹ ਕੇ ਆਇਆ? ਕਹਿੰਦੇ ਨੇ ਲੰਗਰ ਤਿਆਰ ਕਰੋ, ਕਿਉਂਕਿ ਕੱਲ੍ਹ ਨੂੰ ਸਾਨੂੰ ਮਾਰਨ ਤੋਂ ਬਾਅਦ ਘੱਟੋ ਘੱਟ ਇਸ ਥਾਂ ਤੋਂ ਕੋਈ ਭੁੱਖਾ ਨਾ ਜਾਏ, ਉਹਨਾਂ ਨੂੰ ਪ੍ਰਸ਼ਾਦਾ ਫਿਰ ਵੀ ਮਿਲੇ। ਮੈਂ ਬੇਨਤੀ ਕਰਾਂਗਾ, ਸਾਰਿਆਂ ਦੀ ਅਵਸਥਾ ਇਹ ਨਹੀਂ ਹੋ ਸਕਦੀ। ਪਰ ਜਦੋਂ ਚੜ੍ਹ ਕੇ ਆਏ, ਲੰਗਰ ਪੱਕਦੇ ਰਹੇ, ਬਾਬਾ ਵੀਰ ਸਿੰਘ ਦੇ ਪੱਟ 'ਚ ਤੋਪ ਦਾ ਗੋਲਾ ਵੱਜਾ ਸੀ, ਉਹਨਾਂ ਦੀ ਲੱਤ ਉੱਡੀ, ਪਰ ਉਹਨਾਂ ਨਾਲ ਹੀ ਆਵਾਜ਼ ਦਿੱਤੀ, ਰਬਾਬੀ ਬੁਲਾਓ। ਕਹਿਣ ਲੱਗੇ, ਕੀਰਤਨ ਸ਼ੁਰੂ ਕਰੋ। ਉਹ ਕਹਿੰਦੇ ਨੇ, ਇਸ ਭੱਜ ਦੌੜ 'ਚ ਤਾਂ ਸਾਂਝ ਕੋਈ ਪਤਾ ਨਹੀਂ ਕਿੱਥੇ ਨੇ। ਉਹ ਕਹਿੰਦੇ ਨੇ, ਹੁਣ ਸਾਜਾਂ ਦੀ ਮੁਥਾਜੀ ਨਹੀਂ, ਤੁਸੀਂ ਗੁਰੂ ਕਾ ਸ਼ਬਦ ਗਾਓ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਇਹ ਅਵਸਥਾ ਇਹ ਵੇ ਜਿੱਥੇ ਦੁੱਖ ਸੁੱਖ ਨਹੀਂ ਵਿਆਪਦਾ। ਇਹੀ ਕਾਰਨ ਕਿ ਗ੍ਰਿਸ਼ਤੀ ਨੂੰ ਜਦੋਂ ਸਹਿਜ ਅਵਸਥਾ ਦਾ ਪਤਾ ਲੱਗ ਜਾਏ, ਤਾਂ ਘਰ ਦਾ ਕਿੰਨਾ ਕਲੇਸ਼ ਮੁੱਕ ਜਾਏਗਾ। ਇਹ ਉਤਾਵਲਾ ਹੁੰਦਾ ਦੁੱਖ ਵਿੱਚ, ਸੁੱਖ ਵਿੱਚ, ਖੁਸ਼ੀ ਗਮੀ ਵਿੱਚ, ਇਹਦੇ ਅੰਦਰ ਦੀ ਅਵਸਥਾ ਡੋਲਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਹਿਜ ਇੱਕ ਅਵਸਥਾ ਹੈ, ਗੁਰਮੁਖ ਅੰਤਰ ਸਹਿਜ ਕਹਿ, ਮਨ ਚੜ੍ਹਿਆ ਦਸਵੇਂ ਆਕਾਸ਼, ਉੱਥੇ ਤਿੱਥ ਹੈ ਉਂਗ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥ ਹੈ ਆਤਮ ਰਾਮ ਪ੍ਰਗਾਸ। ਫਿਰ ਇਸ ਅਵਸਥਾ 'ਚ ਗੁਰਮੁਖ ਇੱਕ ਕੀਰਤਨ ਬਾਹਰ ਹੋ ਰਿਹਾ, ਗੁਰੂ ਗ੍ਰੰਥ ਸਾਹਿਬ ਦਾ ਇਹ ਬਚਨ ਹੈ ਜੀ। ਅਸੀਂ ਆਏ ਹਾਂ, ਗੁਰਦੁਆਰਾ ਕਿੱਡਾ ਵੱਡਾ ਹੈ, ਵੱਡੇ ਵੱਡੀਆਂ ਇਮਾਰਤਾਂ ਨੇ। ਗੁਰੂ ਸਾਹਿਬ ਕਹਿੰਦੇ, ਜਿਹੜਾ ਸਹਿਜ ਅਵਸਥਾ 'ਚ ਹੁੰਦਾ ਹੈ ਨਾ, ਉਹ ਸੱਚੀ ਮੁੱਚੀ ਰਹਿੰਦਾ ਹੀ ਉੱਚੇ ਭਵਨਾਂ ਵਿੱਚ ਹੈ। ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈਂ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ, ਵਿਰਲੇ ਕਾਹੂੰ ਨੇਤਰੋਂ ਡਿੱਠੀ, ਤੈਂ ਗੀਤ ਨਾਦ ਅਖਾਰੇ ਸੰਗਾ, ਉਹਾਂ ਸੰਤ ਕਰੈਂ ਹਾਂ ਰੰਗਾ, ਤੈਂ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗੁਰਮੁਖੋ, ਸਹਿਜ ਇੱਕ ਉਹ ਅੰਦਰ ਦੀ ਅਵਸਥਾ ਹੈ, ਜਿਹਦੇ ਜਿਸ ਮਹਿਲ ਦੇ ਦਰਵਾਜ਼ੇ ਬੜੇ ਉੱਚੇ ਆ, ਜਿੱਥੇ ਰੱਬ ਦੀ ਭਗਤੀ ਕਰਨ ਵਾਲੇ ਰਹਿੰਦੇ ਆ, ਜਿੱਥੇ ਕੀਰਤਨ ਦੇ ਅਖਾੜੇ ਲੱਗਦੇ ਆ, ਜਿੱਥੇ ਸ਼ਬਦ ਦੀ ਕਣਕੋਰ ਸਹਿਜ ਅਵਸਥਾ ਵਿੱਚ ਵਿਚਰਨ ਵਾਲੇ ਦੇ ਅੰਦਰ ਆਪਣੇ ਆਪ ਚੱਲਦੀ ਹੈ। ਇਹਨੂੰ ਸੌਖਾ ਹੋਰ ਸਮਝ ਲਈਏ, ਗੁਰਬਾਣੀ ਨੇ ਹਰ ਤਰ੍ਹਾਂ ਦਾ ਰਾਹ ਦਿੱਤਾ, ਵੀ ਇਹ ਅਵਸਥਾ ਜਿੱਥੇ ਦੁੱਖ ਸੁੱਖ ਵਿਆਪਦਾ ਨੇ। ਅਤੇ ਮੈਂ ਇੱਕ ਵਾਰ ਆਪ ਜੀ ਦੇ ਸਨਮੁੱਖ ਇਸ ਵਾਰੀ ਗੱਲ ਸ਼ੁਰੂ ਕੀਤੀ, ਮੈਂ ਉਦਣ ਮੁਕੰਮਲ ਨਹੀਂ ਸੀ ਕੀਤੀ। ਹਰ ਗ੍ਰਿਸ਼ਤੀ ਅਸੀਂ ਤਿੰਨ ਗੱਲਾਂ ਜ਼ਰੂਰ ਚੇਤੇ ਰੱਖੀਏ ਕਿ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਇਹਨੇ ਹਰ ਹਾਲਤ ਵਿੱਚ ਆਉਣਾ ਹੀ ਆਉਣਾ ਹੈ, ਇਹਦੇ ਤੋਂ ਕੋਈ ਨਹੀਂ ਬਚ ਸਕਦਾ। ਜੇ ਅਸੀਂ ਸਿਰਫ ਸੁੱਖ ਦੀ ਆਸ ਨਾਲ ਗ੍ਰਿਸ਼ਤ ਨੂੰ ਜੀਣਾ ਚਾਹੁੰਦੇ ਹਾਂ ਤਾਂ ਬਿਲਕੁਲ ਝੂਠ ਹੈ, ਸੁੱਖ ਦੇ ਨਾਲ ਦੁੱਖ ਜ਼ਰੂਰ ਆਵੇਗਾ। ਇਹ ਹਰ ਹਾਲਤ 'ਚ ਆਉਣਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਦੁੱਖ ਅਤੇ ਸੁੱਖ, ਮਹਾਰਾਜ ਨੇ ਕਿਹਾ, ਕੱਪੜੇ ਨੇ। ਦੁੱਖ ਅਤੇ ਸੁੱਖ ਇਹ ਜ਼ਿੰਦਗੀ ਦਾ ਹਿੱਸਾ ਹੈ, ਅਤੇ ਗ੍ਰਿਸ਼ਤੀ ਸ਼ਬਦ ਦੀ ਕਮਾਈ ਕਰਕੇ ਆਪਣੇ ਮਨ ਨੂੰ ਪ੍ਰਪੇਅਰ ਰੱਖਦਾ ਇਹਨੂੰ ਹੰਡਾਉਣ ਵਾਸਤੇ। ਮਨ 'ਚ ਆਏਗਾ ਵੀ ਸੁੱਖ ਦਾ ਕੀ ਹੰਡਾਉਣਾ, ਇਹ ਦੋਨੋਂ ਚੀਜ਼ਾਂ ਸੁਰਤ 'ਤੇ ਇੰਨਾ ਅਸਰ ਕਰਦੀਆਂ ਨੇ, ਜਿੱਦਣ ਦੁੱਖ ਆਉਂਦਾ ਉੱਦਣ ਵੀ ਸੁਰਤ ਡਿੱਗਦੀ ਹੈ। ਪਿਆਰਿਓ, ਜਿੱਦਣ ਦੁਨਿਆਵੀ ਸੁੱਖ ਮਿਲਦਾ, ਬੰਦੇ ਦੀ ਸੁਰਤ ਉੱਦਣ ਵੀ ਡਿੱਗਦੀ ਹੈ। ਸੁਣੋ, ਸੁੱਖ ਹੁੰਦਾ, ਮੰਨ ਲਓ ਪੁੱਤਰ ਦਾ ਵਿਆਹ ਹੀ ਹੈ, ਘਰ ਖੁਸ਼ੀ ਹੈ, ਜੇ ਉਹਨੂੰ ਪੁੱਛੋ ਵੀ ਨਿਤਨੇਮ ਬਾਣੀ, ਮੈਂ ਬੇਨਤੀ ਕਰਾਂਗਾ, ਅਸਰ ਕਰਦੀ ਸੁੱਖ? ਉਹ ਕਹੇਗਾ, ਨਹੀਂ ਜੀ, ਇੰਨੇ ਦਿਨਾਂ ਦਾ ਘਰ 'ਚ ਮੇਲ ਸੀ, ਆ ਕੋਈ ਸੀ, ਕਿੰਨੇ ਦਿਨ ਹੋ ਗਏ, ਮੈਂ ਤਾਂ ਰਹਿ ਰਸ ਦਾ ਪਾਠ ਵੀ ਨਹੀਂ ਕਰ ਸਕਿਆ। ਇਹਦਾ ਮਤਲਬ ਸੁੱਖ ਨੇ ਸਾਡੀ ਸੁਰਤ ਨੂੰ ਸੱਟ ਦਿੱਤਾ ਥੱਲੇ। ਸੁੱਖ ਸੁਰਤ ਨੂੰ ਸੱਟਦਾ ਜੀ, ਉਹ ਚਾਹ ਵਿੱਚ ਸੱਟਦਾ। ਅਤੇ ਚੇਤੇ ਰੱਖਿਓ, ਦੁੱਖ ਗਮੀ ਵੀ ਸੱਟਦਾ। ਜਦੋਂ ਕੋਈ ਵਾਪਰਦੀ ਘਟਨਾ ਮੌਤ ਹੁੰਦੀ ਹੈ, ਕਈ ਵਾਰੀ ਬੰਦੇ ਨੇ ਕੋਈ ਢੱਟ ਜਾਂਦੇ ਆ, ਨਹੀਂ ਜੀ, ਇੰਨਾ ਹੀ ਮਨ ਟੁੱਟ ਗਿਆ, ਕਿੰਨੇ ਦਿਨ ਹੋ ਗਏ, ਅਸੀਂ ਤਾਂ ਬਾਣੀ ਵੀ ਨਹੀਂ ਪੜ੍ਹੀ। ਇਹਦਾ ਮਤਲਬ
ਕਿ ਤੈਨੂੰ ਦੁੱਖ ਵੀ ਥੱਲੇ ਸੱਟ ਗਿਆ ਅਤੇ ਤੈਨੂੰ ਸੁੱਖ ਵੀ ਥੱਲੇ ਸੱਟ ਗਿਆ। ਸੁਰ ਤਾਂ ਦੋਨਾਂ ਨੇ ਡਿੱਗ ਦਿੱਤੀ ਨਾ। ਮੈਂ ਬੇਨਤੀ ਕਰਾਂਗਾ, ਦੁੱਖ ਅਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ, ਇਹ ਆਉਣਾ ਹੈ ਗ੍ਰਿਸ਼ਤੀ ਵਾਸਤੇ। ਉਂਝ ਵੈਸੇ ਛਨਿੱਚਰ ਵਾਰ ਮੈਂ ਕੱਲ੍ਹ ਇਸਲਾਮ ਨੂੰ ਮੁਕੰਮਲ ਕਰ ਦਿਆਂਗਾ, ਮਾਲਕ ਬਖਸ਼ਿਸ਼ ਕਰੇ ਦੇ। ਛਨਿੱਚਰ ਵਾਰ ਅਸੀਂ ਸਾਰੀ ਇਸ ਨੂੰ ਵਾਚਾਂਗੇ। ਦੂਜੀ ਗੱਲ, ਦੁੱਖ ਅਤੇ ਸੁੱਖ ਤੋਂ ਇਲਾਵਾ ਤੁਸੀਂ ਜਿਸ ਸਮਾਜ 'ਚ ਰਹਿੰਦੇ ਹੋ, ਜਿਨ੍ਹਾਂ ਪਰਿਵਾਰਾਂ 'ਚ ਰਹਿੰਦੇ ਹੋ, ਤੁਸੀਂ ਰਿਸ਼ਤੇਦਾਰਾਂ ਲਈ, ਤੁਸੀਂ ਸਮਾਜ ਲਈ, ਮੈਂ ਤੁਸੀਂ ਲਫ਼ਜ਼ ਇਸ ਕਰਕੇ ਕੇਵਲ ਤੁਹਾਨੂੰ ਨਹੀਂ ਕਹਿ ਰਿਹਾ, ਜਿੰਨਾ ਮਰਜ਼ੀ ਚੰਗੇ ਬਣ ਜਾਓ, ਨਾ ਪਰਿਵਾਰਾਂ ਨੇ ਅਤੇ ਨਾ ਸਮਾਜ ਨੇ, ਨਾ ਬਰਾਦਰੀ ਨੇ, ਨਾ ਤੁਹਾਡੀ ਕੌਮ ਨੇ ਹਮੇਸ਼ਾ ਸ਼ਾਬਾਸ਼ ਦੇਣੀ ਹੈ। ਵਿਰੋਧ ਤਾਂ ਹੋਣੀ ਹੋਣੀ ਹੈ। ਇਹ ਗ੍ਰਿਸ਼ਤ 'ਚ ਜੀ ਤੁਸੀਂ ਆਪਣੇ ਜਿੰਨੇ ਮਰਜ਼ੀ ਪੰਡਾਂ ਚੁੱਕ ਲਓ ਰਿਸ਼ਤੇਦਾਰਾਂ ਦੀਆਂ, ਯਾਦ ਰੱਖਿਓ ਦੀ ਐਂਡ ਇਹਦੇ ਨਾਲ ਹੀ ਹੋਣਾ, ਸਾਡਾ ਤੂੰ ਕੀਤਾ ਕੀ ਹੈ, ਨਹੋਰੇ ਉਲਾਮੇ ਹੀ ਰਹਿਣਗੇ। ਇਹ ਗ੍ਰਿਸ਼ਤੀ ਨੂੰ ਮਾਇੰਡ ਪ੍ਰਪੇਅਰ ਰੱਖਣਾ ਚਾਹੀਦਾ ਵੀ ਮੇਰੇ ਨਾਲ ਇਹ ਕੁਝ ਵਾਪਰ ਰੱਖ। ਕਿਸੇ ਵੀ ਸਮਾਜ, ਕਿਸੇ ਸੁਸਾਇਟੀ ਤੁਸੀਂ ਸੇਵਾ ਕਰਦੇ ਹੋ, ਤੁਸੀਂ ਸਮਝੋਗੇ ਕਿ ਵੀ ਸਦਾ ਤੁਹਾਡੀ ਖਾਂ 'ਚ ਹਾਂ ਮਿਲੇਗੀ, ਨਹੀਂ। ਇਹ ਇੱਕ ਨੁਕਤਾ ਜਿੱਥੇ ਆ ਕੇ ਬੰਦਾ ਥਿੜਕ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਦੁੱਖ ਅਤੇ ਸੁੱਖ ਨੂੰ ਬਰਾਬਰ। ਦੂਸਰੀ ਮੈਂ ਬੇਨਤੀ ਕੀਤੀ, ਗ੍ਰਿਸ਼ਤੀ ਵਾਸਤੇ ਤੁਸੀਂ ਜਿੰਨੇ ਮਰਜ਼ੀ ਚੰਗੇ ਬਣੋ, ਵਿਰੋਧ ਤਾਂ ਹਰ ਥਾਂ 'ਤੇ ਜ਼ਰੂਰ ਹੋਵੇਗੀ, ਆਪਣਾ ਕਰੇ ਚਾਹੇ ਕੋਈ ਦੂਜਾ ਕਰੇ। ਤੀਜੀ ਗੱਲ, ਗ੍ਰਿਸ਼ਤ ਵਿੱਚ ਕਈ ਰਿਸ਼ਤੇ ਐਸੇ ਨੇ ਜਿਹੜੀ ਤੁਹਾਡੀ ਰੂਹ ਨਹੀਂ ਮੰਨਦੀ ਨਿਭਾਉਣ ਲਈ, ਪਰ ਤੁਹਾਨੂੰ ਨਿਭਾਉਣੇ ਪੈਂਦੇ ਆ, ਉਹ ਫਰਜ਼ ਅਦਾ ਕਰਨਾ ਪੈਂਦਾ ਜੀ, ਚਾਹੇ ਪੁੱਤਰਾਂ ਧੀਆਂ ਦੇ ਨੇ, ਚਾਹੇ ਦੂਜੇ ਤੀਜੇ ਨੇ। ਕਈ ਵਾਰੀ ਤੁਸੀਂ ਬੇਵੱਸ ਹੁੰਦੇ ਹੋ, ਪਰ ਫਿਰ ਵੀ ਗ੍ਰਿਸ਼ਤ ਦੀ ਇਸ ਗੱਡੀ ਦਾ ਪਹੀਆ ਨਾ ਟੁੱਟੇ, ਇਹ ਸਿਰੇ ਲੱਗ ਜਾਏ ਇਸ ਜ਼ਿੰਦਗੀ ਵਿੱਚ। ਕਈ ਵਾਰੀ ਤੁਹਾਨੂੰ 50% ਗੱਲਾਂ ਆਪਣੇ ਸੀਨੇ 'ਚ ਦਬਾਉਣੀਆਂ ਪੈਂਦੀਆਂ ਨੇ ਆਪਣੇ ਫਰਜ਼ ਅਦਾ ਕਰਨ ਵਾਸਤੇ। ਮੈਂ ਅਰਜ਼ ਕਰਾਂ, ਇਹ ਗ੍ਰਿਸ਼ਤ ਹੈ ਜੀ, ਇਹ ਚੱਲਦੀ ਇਸ ਤਰ੍ਹਾਂ ਹੈ। ਉਂਝ ਵੈਸੇ ਗ੍ਰਿਸ਼ਤ ਦੇ ਲਫ਼ਜ਼ੀ ਅਰਥ ਇੱਕ ਦਿਨ ਦਾਸ ਨੇ ਕੀਤੇ ਸਨ, ਗ੍ਰਿਸ਼ਤ ਦਾ ਅਰਥ ਹੈ ਜਿਹੜਾ ਆਪਣੇ ਗ੍ਰਹਿ ਦੇ ਵਿੱਚ ਹੀ ਸਥਿਤ ਹੋ ਜਾਏ। ਥਿਰ ਕਰ ਬਹਿ ਸੋ ਅਰਜਨ ਪਿਆਰੇ। ਮੈਂ ਫਿਰ ਬੇਨਤੀ ਕਰਾਂਗਾ ਕਿ ਦੇਖੋ, ਅਸੀਂ ਸਹਿਜ ਅਵਸਥਾ ਦਾ ਜ਼ਿਕਰ ਕੀਤਾ, ਸੂਖ ਮਹਿਲ ਜਾ ਕੇ ਊਚ ਦੁਆਰੇ ਕਿਹਾ। ਇਹਦੇ ਵਿੱਚ ਸਤਿਗੁਰੂ ਨੇ ਦੋ ਸ਼ਬਦ ਸਿਰਫ ਹੋਰ, ਇੱਕ ਤਾਂ ਅਵਸਥਾ ਐਸੀ ਕਿ ਸਹਿਜ ਵਾਲੇ ਦੀਆਂ ਅੱਖਾਂ ਹਮੇਸ਼ਾ ਖੁਮਾਰੀ 'ਚ ਰਹਿੰਦੀਆਂ ਨੇ, ਜੋ ਗੁਰੂ ਸਾਹਿਬ ਨੇ ਬੋਡੀ ਦੀ ਝਲਕ ਦਿੱਤੀ। ਉਹਦੇ ਕੰਨ ਕਿਸੇ ਸ਼ਬਦ ਨੂੰ ਨਿਰੰਤਰ ਸੁਣੀ ਜਾਂਦੇ ਨੇ, ਅਤੇ ਯਾਦ ਰੱਖਿਓ ਉਹ ਚੁੱਪ ਕਰਕੇ ਵੀ ਬੈਠਾ ਹੋਵੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੀ ਜੀਵ ਨਾਮ ਦਾ ਰਸ ਚੁੰਗੀ ਜਾਂਦੀ ਹੈ। ਲੋਇਣ ਰਤੇ ਲੋਏ ਨਹੀਂ, ਉਹ ਵਿਰਾਟ ਅੱਖਾਂ ਵਿੱਚ ਉਹਦੀਆਂ ਅੱਖਾਂ ਖੁਮਾਰੀ 'ਚ ਨੇ। ਕੰਨੀ ਸੁਰਤ ਸਮਾਏ, ਉਹਦੇ ਕੰਨਾਂ ਵਿੱਚ ਇਹ ਸ਼ਬਦ ਵਰਤਾਂ, ਉਸ ਪਰਮਾਤਮਾ ਦੇ ਨਾਮ ਦੀ ਧੁਨੀ ਸੋਝੀ ਗਈ। ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂੰਨੜੀ, ਉਹਦੀ ਜੀਵ ਚੁੰਘਦੀ ਹੈ ਕਿਸੇ ਚੀਜ਼ ਨੂੰ। ਹੁਣ ਵਾਹਿਗੁਰੂ ਜੀ, ਜੇ ਮੈਂ ਤਾਂ ਹੀ ਕਿਹਾ ਜੇ ਅਵਸਥਾ ਨਹੀਂ ਤਾਂ ਖੰਡਨ ਨਾ ਕਰੋ। ਸਭ ਤੋਂ ਵੱਡਾ ਪਾਪ ਇਹ ਕਿ ਜਿਹੜੀਆਂ ਅਵਸਥਾ ਗੁਰੂ ਨੇ ਦੱਸੀਆਂ ਉਹਨਾਂ ਨੂੰ ਮਨਮਤ ਕਹਿ ਕੇ ਖੰਡਨ ਕਰੀ ਜਾਣ। ਜੇ ਮੈਨੂੰ ਨਹੀਂ ਅਵਸਥਾ ਮਿਲੀ, ਮੇਰੀ ਘਾਟ ਕਹਿ, ਮੇਰੇ 'ਤੇ ਨਹੀਂ ਕਿਰਪਾ ਹੋਈ। ਜੀਵ ਰਸਾਇਣ ਚੁੰਨੜੀ, ਜੀਵ ਚੁੰਘਦੀ ਹੈ। ਇਹਨੂੰ ਭਾਈ ਸਾਹਿਬ ਨੇ ਲਿਖਿਆ ਕਿ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ 'ਚ ਬੋਲਾ, ਚੁੱਪ 'ਚ ਬੋਲਾ। ਇਹਨੂੰ ਪ੍ਰਪੂਰਨ ਸਿੰਘ ਲਿਖਦਾ ਚੁੱਪ ਪ੍ਰੀਤ। ਇਹਨੂੰ ਭਾਈ ਵੀਰ ਸਿੰਘ ਕਹਿੰਦੇ ਨੇ ਪਿਆਲੇ ਅਨ ਡਿੱਠ ਨਾਲ, ਬੁੱਲ ਲੱਗ ਜਾਣ ਉੱਥੇ, ਰਸ ਅਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦਾ ਅਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਮੈਂ ਤਾਂ ਬੇਨਤੀ ਕੀਤੀ, ਇੱਕ ਸਰੀਰਕ ਅਵਸਥਾ ਵੀ ਹੈ ਜੀ, ਇਕੱਲੀ ਮਾਨਸਿਕ ਨਹੀਂ। ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁਰੜੀ, ਰੱਤੀ ਲਾਲ ਲਵਾਏ ਅੰਦਰ ਮੁਸ਼ਕ 'ਚ ਘੋਲਿਆ, ਕੀਮਤ ਕਹੀ ਨਾ ਜਾਏ। ਇਹਨੂੰ ਸੌਖਾ ਸਮਝਣਾ ਹੋਵੇ, ਮੰਨ ਲਓ ਆਪਾਂ ਚੋਖੇ ਨਾ ਗਹਿਰੇ ਸ਼ਬਦ ਲਈਏ, ਬਿਲਕੁਲ ਸੌਖਾ ਸਮਝਣਾ ਹੋਵੇ ਵੀ ਸਹਿਜ ਅਵਸਥਾ ਵਾਲਾ ਗੁਰਸਿੱਖ ਹੋ ਜਾਂਦਾ, ਜਿਹੜਾ ਚੌਥੀ ਲਾਮ ਜੀ ਰਿਹਾ ਉਹ ਕੌਣ ਹੈ? ਉਹ ਦੋ, ਇੱਕ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ ਜੀ, ਅਤੇ ਇੱਕ ਗੁਰੂ ਅਰਜਨ ਦੇਵ ਦਾ ਪਦ ਹੈ। ਬਸ ਸਭ ਤੋਂ ਸੌਖਾ ਜੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਆਹ ਹੈ ਸਹਿਜ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਾਹੇ ਬਯੋਗ, ਤੈਸਾ ਸਵਰਨ, ਸਵਰਨ ਮੀਨਜ ਸੋਨਾ,
तैसी उस माटी तैसा अमृत तैसी बेखाटी तैसा मान। प्यारे वो सहज कोई छोटी गल थोड़ा, चौथी लाव मैं तो क्या इनिया लावा हो गई रह रब का ना, ये तो पूरी जिंदगियां लग जा एक ला कमा दे। महाराज कहते तैसा स्वर्ण तैसी उस माटी तैसा अमृत तैसी बिखाटी तैसा मान तैसा अभिमान तैसा रंक तैसा राजान जो वरताए साई जुगत नानक ओ पुर कहिए जीवन। हर चौथड़ी लाम मन सहज पाया। फिर बेनती है जीवन मुकत हुण इसे पदे नू तुसी सोठ राग पढ़ो जो नर दुख में दुख नहीं माने। ये सहज है गुरमुखो, ये नहीं कि इस शब्द को सुन के कोई कहे जी ये शायद डरावनी डरावनी गल नहीं। जो नर दुख में दुख नहीं माने सुख स्ने अर पैनी जाकै कंचन माटी माने न निंदिया न उस्तत जाकै लो मो अभिमाना हर कसोग ते रहे न्यारो नाहे मान अपमाना आसा मनसा सगल त्यागे जगते रहे निराशा काम क्रोध जै परसै नाहे ते घट आ सहज है गुरमुखो ते कट ब्रह्म निवासा। फिर देखो जिथों मैं शुरुआत की गुरु तेग बहादुर कहते हैं ते कट ब्रह्म निवासा चौथी लाम है। इस विच सहज है पर नाल कह दिता अपने आप नहीं मिलती गुर कृपा जे नरको कीनी ते ए जुगत पछानी नानक लीन भयो गोबिंद स्यों ज्यों। भगत जी ने इनू अपने शब्दों कहा चौथी लाम है बेगम पुरा गुरमुखो। ये मैं ता ही कहा सी अवस्था जदों दंपति पति पत्नी च अवस्था आ जाए ना, क्योंकि उन्होंने भी एक बजुर्ग कह रहे सन तलाक की गल एक बड़ी वड्डी समस्या है जी साड़ी, ये साढ़े जेरे कोई नहीं सबर कोई नहीं धीरज कोई नहीं, साड़िया इंद्रिया दिया वध दिया वाशनावान ने चाहे मेल दी चाहे फीमेल दी इन्होंने घर के लीर लीर करके रख दतिया है साड़िया वाशना में सारी कहानी यदि। ये भी मैं बेनती करनी है शनिचरवार पर सतगुरु कहते ने कि जिस अंदर अवस्था वरत जाए प्यारे बेगमपुरा शहर को नाओ दुख अंडोह नहीं ते ठाओ ना तस्वीज खराज ना माल खौफ ना खता ना तरस जवाल। ओ अवस्था है अब मैं खूब वतन गह पाई खर चौथड़ी लाम मन सहज पाया। अब मैं खूब वतन गह पाई ऊहा खैर सदा मेरे भाई। एक दो प्रमाण दे के गुरु साहब ने इस अवस्था को हंडाया जी। आ धन गुरु गोबिंद सिंह महाराज जदों उन्हां दा आपां जिक्र करने हैं वो असी कथा करते हैं ना गुरु नूं जिस अरशां ते गुरु है ना असी अपने शब्दां नाल धरातल ते एक बंदे की तरह पेश करने तो सारे यही कर रहे। वो साढ़े वर्गे बंदे सन जी, वो साडे वर्गे बंदे सन, साडे न्याणे नूं बुखार चढ़िया सी ते रात नूं सौंदे कोई नहीं, उहदे पुत्रां दीआं लाशां पईआं ने ते मुस्कुरा के कोलों निकल गया साडे वर्गा बंदा सी। वेखो गुरु की बड़ी उच्ची थां है। भाई नंद लाल ने थोड़ा लिखिया कि गुरु गोबिंद सिंह मेरे सामने बैठे जी हो जा मैं शायर है हो जा गुरु गोबिंद सिंह शायर। वह कहते हैं हक राग गंजूर गुरु गोबिंद सिंह जुमला फैजे नूर गुरु गोबिंद सिंह। कहते हैं परमात्मा ने अपनी रूहानीयत के खजाने की कुंजी गुरु गोबिंद सिंह दे दिती है। उन्हें कहा मैनू भी मेरे को कुंजी है। इथों तक देखो उस बंदे की शरदा, वह कहिंदा कादरे हर कार गुरु गोबिंद सिंह जिन्हों तुसी मूल मंत्र च पढ़ते हो करता पुरख हर चीज़ का करता वाहगुरु। वह कहिंदा हर चीज़ का करता गुरु गोबिंद सिंह कादरे हर कार गुरु गोबिंद सिंह बेकसारा यार गुरु गोबिंद सिंह। वह बेकसारा जिदा कोई नहीं उहदा यार। मैं तां बेनती कर लगा सहज की है धन गुरु गोबिंद सिंह महाराज आप सब नूं पता है ग्रिस्त ग्रिस्त जी वह ग्रिस्ती ने ते इच कोई शक नहीं माता सुंदर कौर जी माता जीतो जी ते माता साहिब कौर जी। क्योंकि भावें तुसी भाई कान सिंह नूं नाभा नूं पढ़िओ तिन्ना दे इंदराज ने तिन्ना दे जन्म स्थान तिन्ना दे चलाने स्थान ने। माता जीतो जी का आनंदपुर साहब होलगढ़ के नेड़े, माता साहिब कौर जी ते माता सुंदरी जी का दिल्ली है। गुरु का ग्रिस्त साढ़े वर्गा ग्रिस्त नहीं। मैं थोड़ी जी एक बेनती जी कर लगा क्योंकि माता साहब जी हजूर दे अमृत संचार तो बाद आए ने
माता साहिब कौर जी, ये शायद आप जी नूं पता होना है कि पतासे माता जीतो जी ने पाया। तुसी पढ़ोगे जदों सानूं पता लगेगा। फिर ये भी एक वक्री साखी है भी खालसा कदों झोली च पाया। तो मैं भाई साहब नूं कहा सी कि माता जी का दिन सारे गुरुद्वारियां च मनाया करो, माता साहिब कौर जी का दिन सारे मनाया करो, क्योंकि माता जी पोठोहारी सन ना जी। कल परसों मैं पोठोहार का जिक्र किया, रोहतास सी माता जी का जन्म स्थान जी। ये दो भैन भरा सन, साहिब चंद ते साहिब देवी। उंज वैसे डॉक्टर तरलोचन सिंह लिखता भी जिनी पुरानी लिखत दिल्ली के कागजात ने भुगलों वेले उत्थे कुवारा डोला साहिब देवा ही लिखा है। कुवारा डोला साहिब देवी या साहिब देवा लफ्ज आता है। सच्चे पातशाह महाराज उन्हां दे शब्द सन कि कुवारा डोले का अर्थ है रहेगी पत्नी। ये गृहस्थी नूं गल कहन वास्ते मैं कह रहा कि साढ़े अंदर की अवस्था की है, वह सची मुची कुवारा डोला ही बन के रहे। माता सुंदरी जी उन्हां दी कुख चो बाबा अजीत सिंह जी ने, बाबा जुझार सिंह, बाबा जोरावर सिंह, बाबा फतेह सिंह माता जीतो जी की कुख चो ने मिलाप हुंदा है दमदमा साहिब। सारा परिवार शहीद हो गया। गुरु गोबिंद सिंह महाराज 1705 नूं अपने महल उन्हां नूं मिलदे आ दमदमा साहिब। सतगुरु की आरबला जदों आपां उत्ते देखने आ 39 कु साल के करीब बनेगी ना, 39 कह लो 40 कह लो, तो माता सुंदरी जी की आरबला 35 साल के करीब है। 35 कहो 36 कहो कि एक गृहस्थी जिदे घर चार पुत्र हुण चले जाण, संतान ना होवे, कि वह कदी आस नहीं रखता कि साढ़े शरीर के संजोग रही संतान की उत्पत्ति फिर हो सकती है। नहीं, इस नुकते नूं सुनो, मेरी बेनती है। माता सुंदरी जी की आरबला 35-36 मैं शब्द वरते हैं क्योंकि जन्म तिथि बारे फर्क दिसदा है। नहीं, गुरु का गृहस्थ वाशनावां की पूर्ति का गृहस्थ नहीं, गुरु का गृहस्थ भी इस संसार के इतिहास उत्ते अपनियां पैड़ां छड्डण वाला है। संतान नहीं उस तो बाद, पर तुसी देखो उस सहज अवस्था नूं किन्ना कुंडाया। मैं एक शेर सिर्फ सुना के समाप्ति करांगा, अज मेरा शरीर थोड़ा जिहा मैनूं तंग कर रहा पता नहीं। हजूर सच्चे पातशाह महाराज आनंदपुर साहिब जांदे आ, वह आनंदपुर सो निकलदे आ। जदों पहुँचदे आ नदेड़, उत्थे बहादुर शाह नाल आखिरी मुलाकात हुंदी है। जफरनामा औरंगजेब नूं लिख दिता है, तो जफरनामे का जिहड़ा शेर है मैं कहना एडी चढ़दी कला इन्नी अवस्था, कहिंदे ने औरंगजेब तैनू रात बिस्तरे ते भी 16 चुभदियां ने, मैनूं 16 ते बैठे होए नूं भी रब की याद आउंदी है। यारड़े दा सानूं 70 चंगा, चलो आपां इह दूसरे शब्द पढ़ने। उत्थे शब्द वरदिया, तुरां गर नज़र हस्त लश्कर बाज़ार, तेरी नज़र फौज वल सिपाहियां वरिंदी है, मारा नगा अस्त यजदा शुकर, मैं हमेशा वाहगुरु दे शुकराने विच ही जुड़िया रहिंदा। बहादुर शाह महाराज जी नूं उत्थे मिलदा, बस उही कह के मैं समाप्ति करांगा। उह सतगुरु ने एक प्रश्न पुछदा है कि तुहाडी जिंदगी दे दिन किवें लंघे। खुरचदा भी दुख है, तो सच है जे किसे बंदे नूं अपना सुख सुनाओगे ना, वह ज़्यादा समा सुन नहीं सकेगा, नहीं सुन सकता, क्योंकि वो दे अंदर तुहाडे सुख नूं सुन सुन के एक कीड़ा निकलन लग पैंदा ईरखा दा, भी इन्ना सुखी सुनी जाएगा नाल कह जा बड़ी रब की कृपा, बड़ी रब की दया, अंदरों अंदर कही जाता भी मेरे को ले सुख कोई नहीं। पर जदों किसी नूं दुख सुनांदे हो सचमुच वो अपने अंदर का दुख तुहाडे नाल शेयर करता, जिहनूं जिहड़ा दुख सुना रहा उहदा मतलब ये भी गल शुरू कर लां, शायद पुत्रां दी याद च अखां भिज जाण। मैं बेनती कर रहा सहज की है, शायद मां दी याद च, आखिर एक हफ्ते सब कुछ वापरिया। सतगुरु हस के कहिंदे आ बहादुर शाह तू जो पुछना चाहना है
तेनू भाई नंद लाल साहब ने नहीं दसिया? वो कहिंदा महाराज तुहाडी रसना तो सुनना, साडे एक शायर सन राम नारायण सिंह दर्दी, महाराज कहिंदे आ बहादुर शाह मैं बुलंदी से गुजरा, मैं पस्ती से गुजरा। बुलंदी दर ते जदों शिखर होवे, किले ने, घोड़े ने, हाथी ने, सिख ने, खजाने ने, मैं बुलंदी से गुजरा, मैं पस्ती से गुजरा। वह भी दिन वेखे जिस दिन पैरां च जुत्ती भी कोई नहीं सी, टिंड दा सराहना करके भी मैं सुता। पर एक गल तैनूं दसां, मैं बुलंदी से गुजरा, मैं पस्ती से गुजरा, जहां से भी गुजरा बड़ा मस्ती से गुजरा। मैं जिथों लंघिया परमात्मा दे गीत गांदा लंघिया वा। गुरमुखो सहज अवस्था केवल शरीर दा ना नहीं, सहज अवस्था सुरत दी ओ अवस्था है जिथे दुख सुख कुछ भी पौंदा नहीं। सब दा बहुत बहुत धन्यवाद। मेरे तो बोलदियां बेअंत भुल्लां होईयां ने।